ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਅਤੇ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ ਪੰਜਾਬ ਵਿੱਚ ਨਸ਼ਿਆਂ ਦਾ ਵਪਾਰ ਚੱਲਦਾ ਏ ਇਸ ਵਪਾਰ ਵਿੱਚ ਸਿਆਸਤ ਪ੍ਰਸ਼ਾਸਨ ਅਤੇ ਪੁਲਿਸ ਦੀ ਮਿਲੀਪੁਕ ਚਰਚਾ ਵਿੱਚ ਰਹਿੰਦੀ ਹੈ ਪਿਛਲੇ ਦਿਨਾਂ ਵਿੱਚ ਹੋਈਆਂ ਗ੍ਰਿਫਤਾਰੀਆਂ ਨਾਲ ਨਸ਼ਿਆਂ ਦੇ ਵਪਾਰ ਵਿੱਚ ਲੱਗਿਆ ਤਾਕਤਵਰ ਗਠਜੋੜ ਬੇਪਰਦ ਹੋਇਆ ਏ ਇਸ ਤਾਕਤਵਰ ਗਠਜੋੜ ਦੀ ਚਰਚਾ ਤਾਂ ਹੁੰਦੀ ਏ ਪਰ ਇਸ ਦਾ ਤੋੜ ਕੀ ਏ ਇਸ ਗਠਜੋੜ ਬਾਰੇ ਕੀਤੀ ਗਈ ਹਰ ਗੱਲ ਜਾਬਤਾ ਪੂਰਤੀ ਕਿਉਂ ਜਾਂਪਦੀ ਏ ਪੰਜਾਬ ਵਿੱਚ ਸਾਬਕਾ ਪੁਲਿਸ ਅਫਸਰ ਅਤੇ ਕਮਾਂਤਰੀ ਮੁਕੇਵਾਜ ਜਗਦੀਸ਼ ਸਿੰਘ ਪੋਲਾ ਦੀ ਨਸ਼ਿਆਂ ਦੇ ਵਪਾਰ ਦੇ ਇਲਜ਼ਾਮ ਵਿੱਚ ਗ੍ਰਿਫਤਾਰੀ ਹੋਈ। ਇਸ ਤੋਂ ਬਾਅਦ ਉਨ੍ਹਾਂ ਦੀ ਸ਼ਨਾਖਤ ਉੱਤੇ ਬਿੱਟੂ ਔਲਖ ਨੂੰ ਗ੍ਰਿਫਤਾਰ ਕੀਤਾ ਗਿਆ। ਬਿੱਟੂ ਔਲਖ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ, ਯੂਥ ਅਕਾਲੀ ਦਲ ਦਾ ਕੌਮੀ ਆਗੂ ਹੈ। ਹੁਣ ਤੱਕ ਹੋਈਆਂ ਗ੍ਰਿਫਤਾਰੀਆਂ ਅਤੇ ਬਰਾਮਦਗੀਆਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ 1000 ਕਰੋੜ ਦਾ ਨਸ਼ਿਆਂ ਦਾ ਕਾਰੋਬਾਰ ਵਪਰਦ ਹੋਇਆ ਹੈ। ਜਗਦੀਸ਼ ਪੋਲਾ ਕਮਾਂਤਰੀ ਮੁਕੇਵਾਜ ਹੈ। ਜਿਸ ਨੂੰ ਕਦੇ ਅਰਜਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਉਸ ਨੂੰ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਿਲ ਹੋਣ ਕਾਰਨ ਪੁਲਿਸ ਦੀ ਨੌਕਰੀ ਤੋਂ ਕੱਢਿਆ ਗਿਆ ਸੀ ਹੁਣ ਉਹ ਕਹਿੰਦਾ ਹੈ ਕਿ ਉਸ ਦੀ ਇੱਛਾ ਦਾਊਦ ਇਬਰਾਹਿਮ ਬਣਨਾ ਹੈ ਜਗਦੀਸ਼ ਕੋਲਾ ਅਤੇ ਬਿੱਟੂ ਔਲਖ ਤੋਂ ਇਲਾਵਾ ਚੀਨ, ਵਿਏਟਨਾਮ ਅਤੇ ਨਾਈਜੀਰੀਆ ਦੇ ਸ਼ਹਿਰੀ ਪੰਜਾਬ ਵਿੱਚ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਿਲ ਦੱਸੇ ਜਾਂਦੇ ਨੇ ਇਨ੍ਹਾਂ ਹਾਲਾਤ ਵਿੱਚ ਅਖਬਾਰਾਂ ਵਿੱਚ ਇਹ ਤਫਸੀਲਾਂ ਲਗਾਤਾਰ ਛਪ ਰਹੀਆਂ ਨੇ ਕਿ ਨਸ਼ਿਆਂ ਦਾ ਵਪਾਰ ਲਾਲ ਬੱਤੀ ਵਾਲੀਆਂ ਗੱਡੀਆਂ ਦੀ ਛਤਰੀ ਹੇਟ ਕੀਤਾ ਜਾਂਦਾ ਸੀ ਹੁਣ ਯੂਥ ਅਕਾਲੀ ਦਲ ਦੇ ਸਟਿੱਕਰਾਂ ਵਾਲੀਆਂ ਗੱਡੀਆਂ ਨੂੰ ਵੀ ਰੋਕਣ ਦੀ ਹਿੰਮਤ ਕਿਸੇ ਪੁਲਿਸ ਪ੍ਰਸ਼ਾਸਨ ਵਿੱਚ ਨਹੀਂ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੀ ਸਰਪ੍ਰਸਤੀ ਵਿੱਚ ਨਸ਼ਿਆਂ ਦਾ ਕਾਰੋਬਾਰ ਚੱਲਦਾ ਏ। ਇਹੋ ਸਭ ਤੋਂ ਪੇਚੀਦਾ ਸਵਾਲ ਏ। ਜਬਾੜ ਹੀ ਖੇਤ ਨੂੰ ਖਾ ਰਹੀ ਏ, ਤਰੱਕੀ ਕੌਣ ਕਰੇਗਾ? ਪੰਜਾਬ ਦੇ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਬਿਆਨ ਦਿੱਤਾ ਹੈ ਕਿ ਨਸ਼ਿਆਂ ਦੇ ਮਾਮਲੇ ਵਿੱਚ ਸੀਬੀਆਈ ਵੱਲੋਂ ਜਾਂਚ ਹੋਣੀ ਚਾਹੀਦੀ ਹੈ। ਕਾਂਗਰਸੀ ਆਗੂ ਸੁਖਪਾਲ ਸਿੰਘ ਖੈਰਾ ਨੇ ਜਵਾਬੀ ਬਿਆਨ ਦਿੱਤਾ ਹੈ ਕਿ ਜੇ ਅਝਿਹਾ ਕੀਤਾ ਜਾਏ ਤਾਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਦੋਵਾਂ ਪਾਰਟੀਆਂ ਦੇ ਆਗੂ ਸ਼ੱਕ ਦੇ ਘੇਰੇ ਵਿੱਚ ਨੇ ਤਾਂ ਇਸ ਬਿਆਨਬਾਜ਼ੀ ਨੂੰ ਕਿਵੇਂ ਸਮਝਿਆ ਜਾਏ ਇਹਨਾਂ ਸਾਰੇ ਪੱਖਾਂ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਸ਼ਸ਼ੀਕਾਂਤ ਜੋ ਸਾਬਕਾ ਮੁਖੀ ਨੇ ਪੰਜਾਬ ਦੀਆਂ ਜੇਲਾਂਾਂ ਦੇ ਰੀਟਾ ਕੋਹਲੀ ਜੋ ਐਡੀਸ਼ਨਲ ਐਡਵੋਕੇਟ ਜਨਰਲ ਨੇ ਪੰਜਾਬ ਦੇ ਡਾਕਟਰ ਮਹਿਬੂਬ ਸਰਾ ਜੋ ਨਸ਼ਾ ਮੁਕਤੀ ਦੇ ਮਾਹਰ ਨੇ ਡਾਕਟਰ ਮਹਿਬੂਬ ਮੈਂ ਥਾਤੋਂ ਹੀ ਸ਼ੁਰੂ ਕਰਾਂਗਾ ਹਾਂਜੀ ਜਿਹੜੀਆਂ ਖੇਪਾਂ ਪਿਛਲੇ ਦਿਨਾਂ ਦੇ ਵਿੱਚ ਫੜੀਆਂ ਗਈਆਂ ਨੇ ਖਾਸੌਰ ਦਿੱਤੇ ਸਿੰਥੈਟਿਕ ਡਰਗ ਦੀਆਂ ਉਹਦੇ ਬਾਰੇ ਬਹੁਤ ਸਾਰੀ ਚਰਚਾ ਇਹ ਚੱਲ ਰਹੀ ਹੈ ਕਿ ਕਈ ਤਰ੍ਹਾਂ ਦਾ ਨਸ਼ਾ ਤਾਂ ਪਹਿਲਾਂ ਸੀਗਾ ਪਰ ਇਹ ਇੱਕ ਨਵੀਂ ਗੱਲ ਹੈ ਇਹ ਸਿਰਫ ਖੇਪ ਦੇ ਪੱਖੋਂ ਹੀ ਨਵੀਂ ਗੱਲ ਹੈ ਜਾਂ ਵਰਤੋਂ ਦੇ ਪੱਖੋਂ ਵੀ ਨਵੀਂ ਗੱਲ ਹੈ ਨਹੀਂ ਦੇਖੋ ਜੀ ਪਹਿਲਾਂ ਆਪਣੇ ਪੰਜਾਬ 'ਚ ਜ਼ਿਆਦਾ ਜਿਹੜੇ ਨਸ਼ੇ ਵਰਤੇ ਜਾਂਦੇ ਸੀਗੇ ਉਹ ਫੀਮ ਗਰੁੱਪ ਦੇ ਨਸ਼ੇ ਸੀਗੇ ਜਿਵੇਂ ਪੋਸਟ ਫੀਮ ਸਮੈਕ ਸਾਰਾ ਕੁਝ ਉਹ ਜਿਹੜੇ ਓਪਰਡਸ ਨੂੰ ਬਿਲੋਂਗ ਕਰਦੇ ਨੇ ਪਰ ਹੁਣ ਜਿਹੜੀਆਂ ਸਿੰਥੈਟਿਕ ਡਰਗਸ ਜਿਹੜੀਆਂ ਮੈਥਾਮਫੀਟਾਮੀਨ ਗਰੁੱਪਸ ਦੀਆਂ ਫੜੀਆਂ ਗਈਆਂ ਨੇ ਇਹਨਾਂ ਦੇ ਫੜੇ ਜਾਣ ਨਾਲ ਕਾਫੀ ਮਤਲਬ ਇੱਕ ਵਾਰੀ ਤਾਂ ਅਲਰਮਿੰਗ ਸੀਚੁਏਸ਼ਨ ਹੋ ਗਈ ਕਿਉਂਕਿ ਜੇ ਇਹੋ ਜਿਹੇ ਡਰੱਗਸ ਨੇ ਜਿਹੜੀਆਂ ਇਹ ਆਮ ਜਿਹੜੇ ਦੂਜੇ ਨਸ਼ੇ ਪਹਿਲਾਂ ਵਰਤੇ ਜਾਂਦੇ ਸੀ ਪੋਸਟ ਫੀਮ ਨਾਲੋਂ ਜ਼ਿਆਦਾ ਨੁਕਸਾਨਦੇਹਿਕ ਨੇ ਤੇ ਇਹਨਾਂ ਦੀ ਵਰਤੋਂ ਨਾਲ ਜਿਹੜੇ ਹੋਰ ਸੋਸ਼ਲ ਜਿਹੜੇ ਇਫੈਕਟਸ ਨੇ ਬੁਰੇ ਅਸਰ ਨੇ ਉਹ ਵੀ ਜ਼ਿਆਦਾ ਦੇਖਣ ਨੂੰ ਮਿਲਦੇ ਜੀ ਇੱਕ ਗੱਲ ਜਿਹੜੀ ਮੈਂ ਤੁਹਾਤੋਂ ਪੁੱਛਣਾ ਚਾਹੁੰਦਾ ਕਿ ਤੁਸੀਂ ਨਸ਼ਾ ਮੁਕਤੀ ਮਹਾਰੋਂ ਜੇ ਇਹ ਇਹ ਜਿਹੜੇ ਇਸ ਕਿਸਮ ਦੇ ਨਸ਼ੇ ਕਰਨ ਵਾਲੇ ਲੋਕ ਤੁਹਾਡੇ ਕੋਲ ਪਹਿਲਾਂ ਵੀ ਆਉਂਦੇ ਸੀ ਜਾਂ ਇੱਕ ਪਹਿਲਾਂ ਆਈ ਆ ਸਾਡੇ ਕੋਲ ਤਾਂ ਕਿ ਸਾਨੂੰ ਇਹ ਅੰਦਾਜ਼ਾ ਲੱਗੇ ਕਿ ਇਹਨਾਂ ਦੀ ਵਰਤੋਂ ਇੱਥੇ ਹੋ ਰਹੀ ਅਨੀ ਇਹਨਾਂ ਦੇ ਜ਼ਿਆਦਾ ਨਹੀਂ ਕੋਈ ਦੇਖਿਆ ਜੀ ਪੇਸ਼ੈਂਟ ਮੈਂ ਜੇ ਆਪਾਂ ਕਹੀਏ ਵੀ ਜਿਹੜੀਆਂ ਆਈਸਆਂ ਜਿਹੜੀਆਂ ਉਹ ਡਰੱਗਸ ਜਿਹੜੀਆਂ ਰੀਸੈਂਟਲੀ ਫੜੀਆਂ ਗਈਆਂ ਇਹ ਨਹੀਂ ਵਰਤੋਂ ਨਹੀਂ ਕੋਈ ਦੇਖੀ ਜੀ ਜਿਹੜੇ ਸਾਡੇ ਕੋਲੇ ਪੇਸ਼ੈਂਟਸ ਨਹੀਂ ਆਏ ਜ਼ਿਆਦਾ ਆਪਰਡ ਗਰਪਸ ਵਾਲੇ ਆਉਂਦੇ ਨੇ ਜੀ ਅ ਰੀਟਾ ਜੀ ਤੁਸੀਂ ਨਸ਼ਿਆਂ ਦੇ ਖਿਲਾਫ ਹੋ ਤੇ ਲਗਾਤਾਰ ਜਿਹੜੀਆਂ ਉਹਨਾਂ ਦੇ ਖਿਲਾਫ ਮਹਿੰਮਾ ਚੱਲਦੀਆਂ ਨੇ ਉਹਨਾਂ ਦਾ ਹਿੱਸਾ ਵੀ ਰਹਿੰਦੇ ਹੋ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਦੋਂ ਸਰਕਾਰੀ ਬੰਦੇ ਉਹਦੇ 'ਚ ਸ਼ਾਮਿਲ ਨੇ ਜਦੋਂ ਕਈ ਕਿਸਮ ਦੇ ਬੰਦੇ ਉਹਦੇ 'ਚ ਸ਼ਾਮਿਲ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਉਹਨਾਂ ਨੂੰ ਰੋਕਿਆ ਜਾਵੇ ਜਦੋਂ ਸਾਰਾ ਕੁਝ ਹੋ ਰਿਹਾ ਉਹਦੇ ਵਿੱਚ ਨਸ਼ਾ ਮੁਕਤੀ ਮਹਿੰਮਾ ਦੀ ਅਹਿਮੀਅਤ ਕੀ ਹੈ ਸਿਰਫ ਆਪਣੇ ਆਪ ਨੂੰ ਥਾਪੀ ਦੇਣ ਦਾ ਹੀ ਮਸਲਾ ਹੈ ਨਹੀਂ ਐਸਾ ਨਹੀਂ ਹੈ ਦੇਖੋ ਜੇ ਇਸ ਨੂੰ ਇੱਕ ਲਾਰਜਰ ਉਸਤੇ ਦੇਖੀਏ ਪਿਛਲੇ ਸਾਲ ਕੁਝ ਸਾਲਾਂ ਤੋਂ ਇਹ ਗੱਲ ਬਹੁਤ ਜ਼ਿਆਦਾ ਆ ਰਹੀ ਹੈ ਕਿ ਨਸ਼ੇ ਦਾ ਬਹੁਤ ਜ਼ਿਆਦਾ ਵਪਾਰ ਹੋ ਰਿਹਾ ਹੈ ਸਾਡੇ ਪੰਜਾਬ ਦੇ ਬਾਰਡਰ ਡਿਸਟ੍ਰਿਕਟ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਕੋਈ ਨਾ ਕੋਈ ਨਸ਼ਾ ਲੈ ਰਿਹਾ ਹੈ ਇਹ ਗੱਲ ਇੰਨੀ ਜ਼ਿਆਦਾ ਆਈ ਇਹੀ ਗੱਲ ਆ ਰਹੀ ਸੀ ਜੋ ਤੁਸੀਂ ਕਿਹਾ ਕਿ ਸ਼ਾਇਦ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਸ਼ਾਸਨ ਨਾਲ ਜੁੜਿਆ ਹੋਇਆ ਹੈ ਬਟ ਅਸੀਂ ਕਿਤੇ ਨਾ ਕਿਤੇ ਕ੍ਰੈਡਿਟ ਵੀ ਉਸੇ ਪ੍ਰਸ਼ਾਸਨ ਨੂੰ ਹੀ ਦਵਾਂਗੇ ਜਿਨ੍ਹਾਂ ਨੇ ਅਲਟੀਮੇਟਲੀ ਇਹਨੂੰ ਬਾਹਰ ਕੱਢਿਆ ਇਨਵੈਸਟੀਗੇਸ਼ਨ ਹੁਣ ਜੇ ਗ੍ਰਿਫਤਾਰੀਆਂ ਹੋਈਆਂ ਹਨ ਇਨਵੈਸਟੀਗੇਸ਼ਨ ਹੋ ਰਹੀ ਹੈ ਇਹ ਤਾਂ ਬਹੁਤ ਹੀ ਦੋਧਾਰੀ ਤਲਵਾਰ ਹੈ ਬਹੁਤ ਹੀ ਦੋਧਾਰੀ ਤਲਵਾਰ ਹੈ ਗੱਲ ਇਹ ਹੈ ਕਿ ਤੁਸੀਂ ਇਹ ਕਹਿ ਸਕਦੇ ਹੋ ਕਿ ਪਿਛਲੇ ਸਾਲ ਦੇ ਮੁਕਾਬਲੇ ਅਸੀਂ ਇਸ ਸਾਲ ਪੰਜਾਬ ਦੇ ਵਿੱਚ ਜ਼ਿਆਦਾ ਨਸ਼ਾ ਫੜਿਆ ਉਹਦਾ ਇੱਕ ਇਹ ਹੋ ਸਕਦਾ ਹੈ ਕਿ ਦੇਖੋ ਜੀ ਇਹ ਪੁਲਿਸ ਦੀ ਪ੍ਰਾਪਤੀ ਹੈ ਦੂਜਾ ਇਹ ਹੈ ਕਿ ਅਸਲ 'ਚ ਕਿੰਨਾ ਵਪਾਰ ਚੱਲ ਰਿਹਾ ਤੇ ਫੜਿਆ ਕਿੰਨਾ ਗਿਆ ਉਹ ਘੱਟ ਵੱਧ ਵੀ ਹੋ ਸਕਦਾ ਇਹਦੇ ਇਹਦੇ ਵਿੱਚ ਮੈਂ ਐਜ਼ ਅ ਸੋਸ਼ਲ ਐਕਟਿਵਿਸਟ ਦੀ ਜਗ੍ਹਾ ਐਜ਼ ਅ ਲਾਇਰ ਜੇ ਮੈਂ ਬੋਲਾਂ ਜੋ ਤੁਸੀਂ ਸਵਾਲ ਡਾਕਟਰ ਸਾਹਿਬ ਨੂੰ ਵੀ ਕੀਤਾ ਕਿ ਇਹੋ ਜਿਹੇ ਮੁੱਦੇ ਪਹਿਲਾਂ ਕਿੰਨੇ ਆਉਂਦੇ ਸੀ ਮੈਨੂੰ ਇਸ ਪ੍ਰੈਕਟਿਸ ਦੇ ਵਿੱਚ ਰੈਗੂਲਰ 20 ਸਾਲ ਤੋਂ ਜ਼ਿਆਦਾ ਹੋ ਗਏ ਸਾਨੂੰ ਦੇਖਦੇ ਹੋਏ ਪਰ ਅਸੀਂ ਮੈਕਸਿਮਮ ਜਿਹੜੇ ਕੇਸਸ ਦੇਖਦੇ ਆਂ ਐਨਡੀਪੀਐਸ ਦੇ ਉਹ ਕੇਸ ਬੜੀ ਟ੍ਰੈਡੀਸ਼ਨਲ ਜਿਹੜੇ ਉਹਦੇ ਹੁੰਦੇ ਆ ਡਾਕਟਰ ਸਾਹਿਬ ਨੇ ਹੋਰ ਵੀ ਗੱਲ ਕਹੀ ਹੈ ਡਾਕਟਰ ਸਾਹਿਬ ਨੇ ਇਹ ਵੀ ਕਿਹਾ ਕਿ ਇਸ ਕਿਸਮ ਦੇ ਨਸ਼ੇ ਲੈਣ ਵਾਲੇ ਨਸ਼ਾ ਮੁਕਤੀ ਕੇਂਦਰਾਂ 'ਚ ਵੀ ਘਟ ਆਉਂਦੇ ਸੀਗੇ ਉਹੀ ਐਗਜ਼ੈਕਟਲੀ ਮੈਂ ਇਹੀ ਚੀਜ਼ ਕਹਿ ਰਹੀ ਆਂ ਕਿ ਕੇਸਸ ਵੀ ਘਟ ਬੰਦੇ ਆ ਨਾ ਸੋ ਸ਼ਾਇਦ ਅਸੀਂ ਅੱਜ ਦੀ ਤਰੀਕ 'ਚ ਦੋ ਇਹ ਕੈਨਾਬੋਟ ਇਹ ਨਹੀਂ ਮੈਂ ਕਹਿ ਸਕਦੀ ਕਿ ਸਹੀ ਗੱਲ ਹੋਏਗੀ ਬਟ ਸ਼ਾਇਦ ਇਥੋਂ ਵਪਾਰ ਜ਼ਿਆਦਾ ਹੁੰਦਾ ਹੋਵੇ ਕਿਉਂਕਿ ਜਿਹੜੇ ਲੋਕ ਫੜੇ ਜਾਂਦੇ ਸੀ ਐਨਡੀਪੀਐਸ ਜਿਨ੍ਹਾਂ ਦੇ ਮੈਕਸਿਮਮ ਕੇਸ ਬਣਦੇ ਆ ਇਸ ਇਹਦੇ ਵਿੱਚ ਨਾਰਕੋਟਿਕਸ ਦੇ ਉਹ ਸਾਰੇ ਟ੍ਰੈਡੀਸ਼ਨਲ ਪੋਪੀ ਹਸ ਕੋਇਆ ਆਪੀਅਮ ਹੋ ਗਿਆ ਮੈਕਸਿਮਮ ਕੋਈ ਹੈਰੋਇਨ ਹੋ ਗਿਆ ਇਹੋ ਜੇ ਪ੍ਰੋਡਕਟਸ ਤੇ ਹੀ ਰਹੇ ਹਨ ਸਿੰਥੈਟਿਕ ਡਰਗਸ ਦੇ ਤਾਂ ਕੋਟਾ ਦੇ ਵਿੱਚ ਵੀ ਆਲੇ ਕੇਸਸ ਬਹੁਤ ਘਟ ਆਏ ਹਨ ਸੋ ਅਸੀਂ ਕਿਸੇ ਤਰ੍ਹਾਂ ਇਹ ਕਹਿ ਸਕਦੇ ਹਾਂ ਕਿ ਸ਼ਾਇਦ ਜਿਹੜਾ ਰੈਗੂਲਰ ਯੂਸੇਜ ਸਾਡਾ ਯੂਥ ਇੱਥੇ ਕਰ ਰਿਹਾ ਹੈ ਉਹ ਹਲੇ ਵੀ ਕਿਸੇ ਨਾ ਕਿਸੇ ਹੱਦ ਤੱਕ ਟ੍ਰੈਡੀਸ਼ਨਲ ਡਰਗਸ ਨਾਲ ਹੈ ਸ਼ਾਇਦ ਇਹ ਇੱਕ ਮੁਹੀਮ ਹੋਏ ਇਹਨਾਂ ਸਾਨੂੰ ਮੇਜਰ ਹਾਲ ਮਿਲਿਆ ਹੈ ਆਫ ਸਿੰਥੈਟਿਕ ਡਰਗਸ ਸ਼ਾਇਦ ਇਹ ਪਤਾ ਨਹੀਂ ਇੱਥੇ ਦੇਣਾ ਸੀ ਕਿਤੇ ਪਾਸੋਂ ਨੂੰ ਹੋਣਾ ਸੀ ਇਹ ਟਰਾਂਜ਼ਿਟ ਫੇਜ਼ ਸੀਗਾ ਜੋ ਵੀ ਹੋਏਗਾ ਮੈਂ ਫਿਰ ਵੀ ਕਹਾਂਗੀ ਕਿਉਂਕਿ ਇਹ ਫੜਿਆ ਗਿਆ ਇਹ ਬਾਹਰ ਆਇਆ ਹੁਣ ਤਾਂ ਆਪਾਂ ਨੂੰ ਬਹੁਤ ਉਹ ਜਿਹੜੀ ਇਨਵੈਸਟੀਗੇਟਿੰਗ ਏਜੰਸੀ ਹੈ ਸ਼ਾਇਦ ਉਹਦਾ ਵੇਟ ਵੀ ਕਰੀਏ ਉਹਨੂੰ ਤਫਤੀਸ਼ ਨਾਲ ਦੇਖੀਏ ਵੀ ਕਿ ਉਹ ਸਹੀ ਕਰ ਰਹੀ ਹੈ ਨਹੀਂ ਕਰ ਰਹੀ ਉਸ ਤੇ ਜ਼ਰੂਰ ਨੁਕਤਾਚੀਨੀ ਹੋ ਸਕਦੀ ਹੈ ਉਸ ਤੇ ਜ਼ਰੂਰ ਬਹਿਸ ਹੋ ਸਕਦੀ ਹੈ ਬਟ ਇੱਕ ਵਾਰੀ ਉਹਨਾਂ ਨੂੰ ਕੰਮ ਕਰਨ ਤੇ ਦਈਏ ਕਿ ਕੱਢਣ ਦੇ ਸਹੀਓ ਕੀ ਕਰ ਦੇ ਬਾਹਰ ਜੀ ਹਾਂਜੀ ਇਹ ਡਰੱਗਸ ਜ਼ਿਆਦਾ ਨਾ ਜੀ ਜਾਂ ਤਾਂ ਜਿਹੜੀਆਂ ਮੈਟਰੋਪੋਲੀਟਨ ਸ਼ਹਿਰ ਨੇ ਉੱਥੇ ਜ਼ਿਆਦਾ ਸੀ ਪਪੂਲਰ ਸੀ ਜਾਂ ਵੈਸਟਰਨ ਕੰਟਰੀਜ਼ ਪਪੂਲਰ ਸੀ ਗਿਆ ਆਪਣੇ ਨਹੀਂ ਜ਼ਿਆਦਾ ਇਹ ਦੇਖਣ ਨੂੰ ਇਹ ਪਹਿਲਾਂ ਕੋਈ ਜ਼ਿਆਦਾ ਇਹਨਾਂ ਦੀ ਵਰਤੋਂ ਨਹੀਂ ਹੈਗੀ ਆਪਣੇ ਏਰੀਆ 'ਚ ਜਾਂ ਆਪਣੀ ਸੋਸਾਇਟੀ 'ਚ ਇਹਨਾਂ ਦੀ ਜੀ ਸ਼ਸ਼ੀ ਕਾਂਤ ਜੀ ਇਸ ਨਸ਼ਿਆਂ ਦੀ ਸਿਆਸਤ ਦੇ ਉੱਤੇ ਜਾਣ ਤੋਂ ਪਹਿਲਾਂ ਇੱਕ ਗੱਲ ਤੁਸੀਂ ਮੈਨੂੰ ਇਹ ਸਮਝਾਓ ਕਿ ਕਿਸ ਕਿਸਮ ਦੇ ਨਸ਼ਿਆਂ ਦੀ ਪੰਜਾਬ 'ਚ ਵਰਤੋਂ ਹੁੰਦੀ ਰਹੀ ਹੈ ਜਦੋਂ ਇਹ ਏਡੀ ਵੱਡੀ ਖੇਪ ਪੰਜਾਬ ਦੇ ਵਿੱਚ ਫੜੀ ਗਈ ਹੈ ਤੇ ਇਹ ਨਸ਼ਿਆਂ ਦੇ ਮਾਮਲੇ 'ਚ ਕੋਈ ਨਵਾਂ ਪੜਾਅ ਹੈ ਜਾਂ ਪਹਿਲਾਂ ਵੀ ਜਾਰੀ ਸੀ ਕਿਸੇ ਰੂਪ ਦੇ ਵਿੱਚ ਇਹ ਕੰਪੈਰੀਟਿਵਲੀ ਨਸ਼ਿਆਂ ਦਾ ਜਿਹੜਾ ਰੇਡ ਹੈਗਾ ਉਹਦੇ 'ਚ ਇੱਕ ਨਵਾਂ ਪੜਾਅ ਹੋ ਹੈਗਾ ਟਰੈਡੀਸ਼ਨਲੀ ਜਿਹੜੇ ਹੈਗੇ ਨੇ ਬੇਸਿਕਲੀ ਓਪੀਓਇਡਸ ਜਿਹੜੇ ਹੈਗੇ ਨੇ ਉਹੀ ਇਸਤੇਮਾਲ ਹੁੰਦੇ ਸਨ ਸਾਡੇ ਜਿਹੜੇ ਆਮ ਤੌਰ ਤੇ ਜਿੰਨੇ ਵੀ ਮੁਖ ਮੁਖ ਲੀਡਰ ਹੈਗੇ ਨੇ ਸਾਰੇ ਅਮਲੀ ਹੈਗੇ ਨੇ ਸਾਰੇ ਅਫੀਮ ਖਾਂਦੇ ਹੈਗੇ ਨੇ ਕਈ ਉਹਦੇ ਜਿਹੜੇ ਨਵੇਂ ਹੈਗੇ ਨਈ ਪੀੜੀ ਦੇ ਹੈਗੇ ਨੇ ਉਹਨਾਂ ਨੇ ਸਨੌਰਟਿੰਗ ਵੀ ਸ਼ੁਰੂ ਕਰ ਦਿੱਤੀ ਹੈਗੀ ਹੈ ਪਰ ਇਹ ਜਿਹੜਾ ਮੈਥ ਦਾ ਕਾਰੋਬਾਰ ਹੈਗਾ ਕ੍ਰਿਸਟਲ ਦਾ ਜਿਹੜਾ ਹੈਗਾ ਇਹ ਪਹਿਲਾ ਕੇਸ ਪਿਛਲੇ ਬਹੁਤ ਸਮਾਂ ਦਾ ਨਹੀਂ ਹੈਗਾ ਪਹਿਲਾ ਜਦੋਂ ਰਾਜਾ ਕੰਡੋਲੇ ਦਾ ਕੇਸ ਆਇਆ ਮੇਰੇ ਕੁਝ ਫਰੈਂਡਸ ਹੈਗੇ ਨੇ ਜਿਹੜੇ ਕਿ ਮਨੀਪੁਰ ਸਾਈਡ ਦੇ ਵਿੱਚ ਡੀਜੀਪੀ ਵਗੈਰਾ ਰਾਜ ਚੁੱਕੇ ਹੈਗੇ ਸਨ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਉਸ ਵੇਲੇ ਉਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਇਤਲਾ ਮਿਲੀ ਸੀ ਕਿ ਮੈਥ ਵਗੈਰਾ ਜਿਹੜੀ ਹੈਗੀ ਉਹ ਤੇ ਪੰਜਾਬ ਦੇ ਵਿੱਚ ਪ੍ਰੋਡਕਸ਼ਨ ਹੋ ਰਿਹਾ ਹੈਗਾ ਔਰ ਇਹਦੀ ਕੁਆਲਿਟੀ ਇਨੀ ਹਾਈ ਹੈਗੀ ਜਿਸ ਤਰ੍ਹਾਂ ਕਿ ਤੁਸੀਂ ਕਹੋ ਮਲਾਨਾ ਕਰੀਮ ਦੀ ਹੈਗੀ ਹੈ ਉੱਥੇ ਮਿਲਦੀ ਹੈਗੀ ਹੈ 50 ਰੁਪਏ ਟੋਲਾ ਵਾਟ ਏਵਰ ਇਟ ਇਜ਼ ਜੇ ਤੱਕ ਮੁਝਦੀ ਹੈਗੀ ਹੈ ਇਜ਼ਰਾਈਲ ਦੇ ਵਿੱਚ ਜਾਂ ਵੈਸਟੇਜ ਪੁਝਦੀ ਹੈਗੀ ਹੈ 22000 ਡਾਲਰਸ ਪਰ ਟੋਲਾ 10 ਗ੍ਰਾਮ ਬਣ ਜਾਂਦੀ ਹੈਗੀ ਹੈ ਉਹੀ ਚੀਜ਼ ਹੈਗੀ ਹੈ ਮੈਥ ਜਿਹੜੀ ਹੈਗੀ ਹੈ ਬਣਦੀ ਸੀ ਇੱਥੇ ਲਗਾਤਾਰ ਇਹਦਾ ਜਿਆਦਾ ਵਪਾਰ ਕੰਦੋਲਾ ਦੇ ਵੇਲੇ ਹੋਇਆ ਜਦੋਂ ਕਿ ਦੀ ਪਿਓਰਿਟੀ ਅਤੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਇਹ ਦੀ ਡਿਮਾਂਡ ਜਿਹੜੀ ਹੈ ਕਿ ਇੰਨੀ ਵੱਧ ਗਈ ਕਿ ਪ੍ਰੋਫਿਟ ਜਿਹੜੇ ਹੈਗੇ ਨੇ ਉਹਦੇ ਲਾਲਚ ਵਿੱਚ ਆਕਰਕੇ ਕਈ ਇੰਡੀਵਿਜੂਅਲ ਪਾਰਟੀਆਂ ਜਿਹੜੀ ਹੈਗੀਆਂ ਨੇ ਉਹਨਾਂ ਨੇ ਇਸ ਤਰ੍ਹਾਂ ਜਾਬਦਾ ਹੈਗਾ ਮੈਥ ਦਾ ਪ੍ਰੋਡਕਸ਼ਨ ਪ੍ਰੀਕਸਰਸ ਦੇ ਨਾਲ ਇੱਥੇ ਕਰਨਾ ਸ਼ੁਰੂ ਕਰ ਦਿੱਤਾ ਜੀ ਜਗਦੀਸ਼ ਭੋਲਾ ਦਾ ਜਿਹੜਾ ਇੱਕ ਬਿਆਨ ਹੈ ਜਿਹਦੇ ਵਿੱਚ ਉਹਨੇ ਕਿਹਾ ਕਿ ਮੈਂ ਦਾਊ ਦੇ ਬ੍ਰਾਈਮ ਬਣਨਾ ਚਾਹੁੰਦਾ ਦਾਉਦ ਇਬਰਾਹਿਮ ਇੱਕ ਤਾਂ ਤੁਸੀਂ ਇਸ ਕਿਸਮ ਦੇ ਵਪਾਰ ਦੇ ਵਿੱਚ ਸ਼ਾਮਲ ਹੋ ਦੂਜਾ ਕਮਾਂਤੀ ਪੱਦਰ ਉਹਦੇ ਵਿੱਚ ਸ਼ਾਮਲ ਹੈ ਜਦੋਂ ਪੰਜਾਬ ਦੇ ਵਿੱਚ ਇਹ ਗੱਲ ਹੋ ਰਹੀ ਹੈ ਕਿ ਵੀ ਬੀਤਨਾਮ ਦੇ ਚੀਨ ਦੇ ਲੋਕ ਇੱਥੇ ਆ ਕੇ ਕੁਆਲਿਟੀ ਟੈਸਟ ਕਰਕੇ ਗਏ ਨੇ ਸਿਖਾ ਕੇ ਗਏ ਨੇ ਤੇ ਇਹਨੂੰ ਕੀ ਸਮਝਿਆ ਜਾਵੇ ਕਿ ਜਿਹੜਾ ਪੁਰਾਣਾ ਜਿਹੜਾ ਰਵਾਇਤੀ ਵਪਾਰ ਸੀਗਾ ਉਹਦੇ ਨਾਲ ਸਾਨੂੰ ਜੋ ਵੀ ਇਤਰਾਜ਼ ਸੀਗਾ ਇਹ ਉਹ ਤੋਂ ਬਾਹਰ ਵਾਲੀ ਗੱਲ ਹੈ ਇੱਕ ਹੋਰ ਨਵਾਂ ਪੱਦਰ ਹੈ ਇੱਕ ਨਵਾਂ ਪੱਦਰ ਹੈਗਾ ਜਿਸਨੂੰ ਸਾਰਿਆਂ ਨੂੰ ਪਤਾ ਦਾਉਦ ਦੀ ਗੱਲ ਜੜੀ ਹੈਗੀ ਹੈ ਪਹਿਲੇ ਉਹ ਸਾਰੇ ਬੰਦੇ ਜਿਹੜੇ ਸਨ ਗੋਲ ਸਮਗਲਿੰਗ ਦੇ ਵਿੱਚ ਆਰਮ ਸਮਗਲਿੰਗ ਵਗੈਰਾ ਦੇ ਵਿੱਚ ਸਨ ਬਰਬਾਦ ਦੇਵੇ ਜਿੰਨੇ ਵੀ ਹੋਰ ਸੈਂਟੀਟਿਕ ਡਰਗਸ ਵਗੈਰਾ ਬੰਨੀ ਸ਼ੁਰੂ ਹੋ ਗਈ ਉਹਨਾਂ ਦਾ ਵਪਾਰ ਜਿਹੜਾ ਹੁੰਦਾ ਸੀ ਉਹਨਾਂ ਦੇ ਹੱਥ ਵਿੱਚ ਚਲਾ ਗਿਆ ਉਹਦੇ ਬਾਅਦ ਦਾਉਦ ਜੇ ਪਾਕਿਸਤਾਨ ਦੇ ਚਲਾ ਗਿਆ ਤਾਂ ਆਈਐਸਆਈ ਨੇ ਵੈਸਤੀ ਨਗਾਤ ਬਜਨਤ ਲਈ ਜਿੰਨਾ ਹੀ ਨਸ਼ਿਆਂ ਦਾ ਵਪਾਰ ਸੀ ਦਾਉਦ ਨੂੰ ਸੌਂਪ ਦਿੱਤਾ ਜੀ ਉਹ ਦਾਉਦ ਦੇ ਉੱਤੇ ਜਦ ਰੋੜਾ ਪਿਆ ਹੈਗਾ ਦਾਉਦ ਨੇ ਕਹਿੰਦੇ ਹੈਗੇ ਨੇ ਸਾਡਾ ਇੱਕ ਪੰਜਾਬੀ ਭਰਾ ਹੈਗਾ ਹੈ ਪਾਰਟ ਆਫ ਪੰਜਾਬ ਉਹਨੂੰ ਸੌਂਪ ਦਿੱਤਾ ਹੈਗਾ ਡਰਗਸ ਸਮਗਲਿੰਗ ਲਈ ਤੋ ਯੈਸ ਇਟਸ ਅ ਨਿਊ ਡਿਵੈਲਪਮੈਂਟ 노 ਡਾਊਟ ਅਬਾਊਟ ਇਟ। ਔਰ ਇਦਾਂ ਵੋਲਿਊਮ ਇਨਾ ਜ਼ਿਆਦਾ ਹੈਗਾ ਜਿਸਾਂ ਫਿਲਮਾਂ ਦੇਖਦੇ ਹੋ ਨਿੱਕਾ ਜਿਹਾ ਬੰਦਾ ਹੁੰਦਾ ਹੈਗਾ ਕਹਿੰਦਾ ਮੈਂ ਤੇ ਦਾਊਦ ਬਣਨਾ ਹੈਗਾ। ਉਹਨਾਂ ਦੀ ਫੀਲ ਜਿਹੜੀ ਹੈਗੀ ਇਨਫੋਰਚੂਨੇਟਲੀ ਉਹਦੇ ਚ ਅਲਟੀਮੇਟ ਡੈਸਟੀਨੇਸ਼ਨ ਉਹਨਾਂ ਦਾ ਦਾਊਦ ਵਰਗਾ ਹੀ ਕੋਈ ਨਾ ਕੋਈ ਬੰਦਾ ਬਣਨ ਦਾ ਸੁਪਨਾ ਹੁੰਦਾ ਹੈਗਾ। ਪਰ ਪੰਜਾਬ ਲਈ ਬਹੁਤ ਵੱਡਾ ਸਵਾਲ ਹੈ ਕਿ ਪੰਜਾਬ ਦਾ ਇੱਕ ਕੋਮਾਂਤਰੀ ਪਦਰ ਦਾ ਮੁਕੇਵਾਜ਼ ਅਰਜਨ ਅਵਾੜੀ ਇਹ ਕਹਿੰਦਾ ਹੈ ਕਿ ਮੈਂ ਦਾਊਦ ਦੇ ਬਰਾਬਰ ਬਣਨਾ ਹੈ। ਇਹ ਬਹੁਤ ਖਤਰਨਾਕ ਮਾਹੌਲ ਹੈ ਇੱਕ ਜਿਹੜਾ ਸਵਾਲ ਤੁਹਾਡੀ ਗੱਲਬਾਤ ਦੇ ਵਿੱਚੋਂ ਨਿਕਲਦਾ ਉਹ ਇਹ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਕਮਾਂਤਰੀ ਪੱਧਰ ਦੇ ਉੱਤੇ ਜਿਹੜਾ ਵਪਾਰ ਨਸ਼ਿਆਂ ਦਾ ਹੋਇਆ ਉਹਦੇ ਨਾਲ ਜੁੜਿਆ ਹੋਇਆ ਹੀ ਹਥਿਆਰਾਂ ਦਾ ਵਪਾਰ ਹੋਇਆ ਉਹਦੇ ਨਾਲ ਜੁੜਿਆ ਹੋਈ ਖੁਫੀਆ ਏਜੰਸੀਆਂ ਦਾ ਵਪਾਰ ਹੋਇਆ ਤੁਸੀਂ ਖੁਫੀਆ ਏਜੰਸੀਆਂ ਦੇ ਵਿੱਚ ਵੀ ਰਹੇ ਹੋ ਤੇ ਤੁਸੀਂ ਪਤਾਰ ਪੁਲਿਸ ਅਫਸਰ ਨਸ਼ਿਆਂ ਵਾਲੇ ਵਪਾਰ ਨੂੰ ਵੀ ਦੇਖਿਆ ਬਿਨਾਂ ਸ਼ੱਕ ਹਥਿਆਰਾਂ ਵਾਲੇ ਵਪਾਰ ਨੂੰ ਵੀ ਦੇਖਿਆ ਹੋਵੇਗਾ ਹੁਣ ਜਿਹੜਾ ਇਹ ਹੈ ਇਹ ਸਾਡੀ ਸਿਕਿਉਰਿਟੀ ਦੇ ਪੱਖੋਂ ਜ਼ਿਆਦਾ ਖਤਰਨਾਕ ਮੁੱਦਾ ਹੈ ਕਿਉਂਕਿ ਇਹਦੇ ਨਾਲ ਬਾਕੀ ਚੀਜ਼ਾਂ ਵੀ ਆਉਣਗੀਆਂ ਜੀ ਹਾਂ ਸਾਰਿਆਂ ਦਾ ਖਤਰਨਾਕ ਹੈ ਹੀ ਹੈਗਾ ਇਹ ਬੇਸਿਕਲੀ ਜਿਹੜਾ ਹੈਗਾ ਸਾਡੀ ਸਾਰਿਆਂ ਤੋਂ ਵੱਡੀ ਪ੍ਰੋਬਲਮ ਕੀ ਹੈਗੀ ਹੈ ਇਕਨੋਮੀ ਦੀ ਜੀ ਬੇਸਿਕਲੀ ਇਹ ਜਿਹੜਾ ਹੈਗਾ ਚਾਹੇ ਫੇਕ ਕਰੰਸੀ ਆਏ ਚਾਹੇ AI ਬੇਸਿਕਲੀ ਸਟੈਪ ਇਹੀ ਹੈਗਾ ਕਿ ਸਾਡੇ ਨੌਜਵਾਨ ਪੀੜੀ ਜਿਹੜੀ ਹੈਗੀ ਓ ਖਤਮ ਹੋ ਜਾਏ ਖਾਸ ਕਰ ਆਪਣਾ ਬਾਰਡਰ ਏਰੀਆ ਜਿਹੜਾ ਹੈਗਾ ਪੰਜਾਬ ਦੀ ਉਹਦੇ ਬਾਅਦ ਜਿਹੜਾ ਇਹਦਾ ਪੈਸਾ ਆਂਦਾ ਹੈਗਾ ਉਹ ਆਲਮੋਸਟ ਇੱਕ ਪੈਰਲਲ ਇਕਨੋਮੀ ਹੈਗੀ ਹੈ ਤੁਸੀਂ ਕਦੇ ਵੇਖੋ ਰਿਪੋਰਟਸ ਵਗੈਰਾ ਵੇਖੋ ਜਿਹੜੇ ਕਿ ਮੇਬੀ ਐਕਸੈਸ ਹੈਗੀ ਕਿ ਨਹੀਂ ਹੈਗੀ ਜਿਹੜੇ ਪਤਾ ਲੱਗਦੇ ਰਹਿੰਦੇ ਨੇ ਸਾਨੂੰ ਬਿਕੋਜ਼ ਆਫ आवर ਕੰਟੈਕਟਸ ਬਿਲੀਅਨਸ ਆਫ ਡਾਲਰਸ ਦਾ ਜਿਹੜਾ ਟਰੇਡ ਹੈਗਾ ਇੰਟਰਨੈਟ ਤੇ ਹੁੰਦਾ ਹੈਗਾ ਇਸ ਆਲਮੋਸਟ ਅ ਪੈਰਲਲ ਇਕਨੋਮੀ ਜਿਹੜੀ ਹੈਗੀ ਚੱਲ ਰਹੀ ਹੈਗੀ ਇਹ ਪੂਰੀ ਦੁਨੀਆ ਦੇ ਵਿੱਚ ਆਜ ਤੁਸੀਂ ਕੋਕੈਨ ਦੀ ਗੱਲ ਲੈ ਲਓ ਜਿਹੜਾ ਕਿ ਸਾਊਥ ਅਮਰੀਕਾ ਚ ਹੈਗਾ ਜਾਂ ਏਅਰ ਡਰੱਗਸ ਦੀ ਲੈ ਲਓ ਤੁਸੀਂ ਜਿਹੜੀ ਕਿ ਸਿੰਥੈਟਿਕ ਡਰੱਗਸ ਪੰਜਾਬ ਚ ਬਣ ਰਹੀਆਂ ਹੈਗੀਆਂ ਨੇ ਜਾਂ ਹੈਰੋਇਨ ਵਗੈਰਾ ਜਿਹੜੀ ਇਸ ਪਾਸੇ ਆ ਰਹੀਆਂ ਨੇ ਆਫਕੋਰਸ ਇੰਟਰਨਲ ਯੂਜ਼ ਜਿਹੜਾ ਹੈਗਾ ਉਹਦੇ ਵੀ 2-200 ਕਰੋੜ ਦਾ ਵਪਾਰ ਹੈਗਾ ਜਿਸਾ ਕਰਨਾਲ ਵਾਲਾ ਕੇਸ ਫੜਿਆ ਗਿਆ ਸੀ ਜਿਹਦੇ ਵਿੱਚ ਕੋਈ ਅੱਗੇ ਕਾਰਵਾਈ ਨਹੀਂ ਠੱਪ ਕਰ ਦਿੱਤਾ ਗਿਆ ਉੱਥੇ ਹੀ ਆਲ ðiਸ ਥਿੰਗਸ ਜਿਹੜੀ ਹੈਗੀਆਂ ਨੇ ਬੇਸਿਕਲੀ ਇੱਕ ਨਈ ਪੈਰਲਲ ਇਕਨੋਮੀ ਜਨਰੇਟ ਕਰ ਰਹੀ ਹੈ ਇਹ ਬਹੁਤ ਸੀਰੀਅਸ ਥਿੰਗ ਜੀ ਜਦੋਂ ਤੁਸੀਂ ਕਹਿੰਦੇ ਹੋ ਕਿ ਇੱਕ ਪੈਰਲਲ ਇਕਨੋਮੀ ਆ ਜੀ ਜੋ ਬਾਕੀ ਇੱਕ ਪਾਸੇ ਉਹ ਇਕਨੋਮੀ ਆ ਦੂਜੇ ਪਾਸੇ ਇਹ ਅਰਬਾਂ ਡਾਲਰ ਦਾ ਜਿਹੜਾ ਵਪਾਰ ਇਸ ਪਾਸੇ ਹੋ ਰਿਹਾ ਤੇ ਉਸ ਤੋਂ ਬਾਅਦ ਜਿਹੜਾ ਇੱਕ ਗੱਲ ਲੱਗਦੀ ਹੈ ਕਿ ਹੁਣ ਤੱਕ ਹਥਿਆਰਾਂ ਦੇ ਵਪਾਰ ਨੂੰ ਬਹੁਤ ਵੱਡਾ ਵਪਾਰ ਮੰਨਿਆ ਜਾਂਦਾ ਸੀ ਸਰਕਾਰਾਂ ਕਾਨੂੰਨੀ ਤੇ ਗੈਰ ਕਾਨੂੰਨੀ ਤੌਰ ਦੇ ਉੱਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਕਰਦੀਆਂ ਆਈਆਂ ਨੇ ਕੀ ਸਰਕਾਰਾਂ ਨੇ ਇਹ ਵੀ ਮੰਨ ਲਿਆ ਕਿ ਹੁਣ ਇਹ ਵੀ ਵਪਾਰ ਕਰਨਾ ਜਦੋਂ ਆਪਾਂ ਇੰਟਰਨੈਸ਼ਨਲ ਪੱਧਰ ਤੇ ਦੇਖਦੇ ਹਾਂ ਕਈ ਸਰਕਾਰਾਂ ਹੈਗੀਆਂ ਜਿਹੜੇ ਇਸ ਪਦ ਇਸ ਵਪਾਰ ਦੇ ਵਿੱਚ ਡਾਇਰੈਕਟਲੀ ਇਨਵੋਲਵ ਹੈਗੀਆਂ ਨੇ ਜੇ ਤੁਸੀਂ 골ਡਨ ਟ੍ਰਾਇੰਗਲ ਦੀ ਗੱਲ ਕਰੋ ਜਿੰਨੀ ਵੀ ਸਟੇਟਸ ਹੋਤੇ ਹੈਗੇ ਨੇ ਕੰਬੋਡੀਆ ਸ਼ਮਬੋਡੀਆ ਜਿੰਨੀ ਵੀ ਹੈਗੀਆਂ ਨੇ 골ਡਨ ਕ੍ਰੈਸੈਂਟ ਦੀ ਗੱਲ ਕਰ ਦੋ ਅਫਗਾਨਿਸਤਾਨ ਵਗੈਰਾ ਹੈਗਾ ਸਾਊਥ ਅਮਰੀਕਾ ਦੀ ਗੱਲ ਕਰ ਲਓ ਕਈ ਮੁਲਕਾਂ ਦੀ ਸਰਕਾਰਾਂ ਜਿਹੜੀ ਹੈਗੀਆਂ ਨੇ ਉਹ ਡਰਗ ਮਨੀ ਦੇ ਬੇਸਿਸ ਤੇ ਚਲਦੀ ਹੈਗੀਆਂ ਨੇ ਉਹਨਾਂ ਦਾ ਅਲਟੀਮੇਟ ਡੈਸਟੀਨੇਸ਼ਨ ਅਲਟੀਮੇਟ ਵਪਾਰ ਅਲਟੀਮੇਟ ਜੀਨਦਰ ਸਾਧਨ ਅਲਟੀਮੇਟ ਤਰੀਕਾ politcal power ਦੇ ਵਿੱਚ ਰੰਦਾ ਉਹਨਾਂ ਦਾ ਉਹੀ ਹੈਗਾ ਜੀ ਉਹਨਾਂ ਦੇ ਹਵਾਲੇ ਨਾਲ ਹੁਣ ਸਮਾਂ ਆ ਗਿਆ ਕਿ ਅਸੀਂ ਆਪਣੀਆਂ ਸਰਕਾਰਾਂ ਤੇ ਸਵਾਲ ਕਰੀਏ ਬਿਲਕੁਲ ਆਪਣੀ ਸਰਕਾਰਾਂ ਸਵਾਲ ਕਰਨਾ ਚਾਹੀਦਾ ਹੈਗਾ ਮੈਂ ਤਾਂ ਪਹਿਲੇ ਦਿਨ ਤੋਂ ਕਹਿ ਰਿਹਾ ਹੈਗਾ ਕਿ ਇਹ ਟ੍ਰੇਡ ਜਿਹੜਾ ਹੈਗਾ ਡਰੱਗਸ ਦਾ ਇਹ ਜਿਹੜੇ ਕਾਫੀ ਸਾਰੇ politcal ਬੰਦੇ ਹੈਗੇ ਨੇ ਵੱਖ-ਵੱਖ politcal ਪਾਰਟੀਆਂ ਦਾ ਸਾਰੀ politcal ਪਾਰਟੀ ਦੇ ਉਹ ਚਲਾ ਰਹੇ ਹੈਗੇ ਨੇ ਇਹਦੇ ਵਿੱਚ ਕੋਈ ਸ਼ੱਕ ਦੀ ਗੱਲ ਹੀ ਨਹੀਂ ਹੈਗੀ ਹੁਣ ਜਿਹੜਾ ਪੋਲੇ ਦਾ ਆਇਆ ਹੈਗਾ ਉਹਨੇ ਸਾਰੀ ਚੀਜ਼ ਜਿਹੜੀ ਹੈਗੀ ਐਬਸੋਲੂਟਲੀ ਕ੍ਰਿਸਟਲ ਕਲੀਅਰ ਕਰ ਦਿੱਤੀ ਹੈਗੀ ਜੀ ਡਾਕਟਰ ਮਹਿਬੂਬ ਥੋੜਾ ਲੰਬਾ ਤਜਰਬਾ ਹੈਗਾ ਨਸ਼ਾ ਮੁਕਤੀ ਦੇ ਨਾਲ ਜੁੜਿਆ ਹੋਇਆ ਤੁਹਾਡੇ ਕੋਲ ਬਹੁਤ ਸਾਰੇ ਨਸ਼ਾ ਕਰਨ ਵਾਲੇ ਆਉਂਦੇ ਨੇ ਤੁਸੀਂ ਉਹਨਾਂ ਸਾਰਿਆਂ ਦਾ ਰਿਕਾਰਡ ਆਪਣੇ ਕੋਲ ਲਿਖਦੇ ਹੋ ਉਹਦੇ ਹਿਸਾਬ ਨਾਲ ਹੀ ਉਹਨਾਂ ਦਾ ਇਲਾਜ ਸ਼ੁਰੂ ਹੁੰਦਾ ਹੈ ਹਾਂਜੀ ਹਾਂਜੀ ਅ ਕਿੰਨੇ ਕੁ ਬੰਦੇ ਨੇ ਜਿਹੜੇ ਨਸ਼ਾ ਕਰਦੇ ਹੋਏ ਨਸ਼ੇ ਦੇ ਵਪਾਰ 'ਚ ਜਾਂਦੇ ਨੇ ਕਿੰਨੇ ਕੁ ਬੰਦੇ ਨੇ ਜਿਹੜੇ ਵਪਾਰ ਕਰਦੇ ਹੋਏ ਨਸ਼ਿਆਂ ਦੇ ਵਿੱਚ ਆਉਂਦੇ ਨੇ ਜਿਆਦਾ ਦੇਖਣ ਨੂੰ ਕੀ ਮਿਲਦਾ ਜੀ ਵੀ ਜਦੋਂ ਇੱਕ ਬੱਚਾ ਜਾਂ ਕੋਈ ਸ਼ੁਰੂ ਕਰ ਲੈਂਦਾ ਕੋਈ ਵੀ ਡਰਗ ਐਡਿਕਟ ਸ਼ੁਰੂ 'ਚ ਨਸ਼ਾ ਕਰ ਲੈਂਦਾ ਉਦੋਂ ਉਹਦੇ ਕੋਲੇ ਪੈਸੇ ਹੁੰਦੇ ਨੇ ਉਹ ਆਵਦੀਸ ਡਰੱਗਸ ਨੂੰ ਜਾਂ ਆਵਦੀ ਐਡਿਕਸ਼ਨ ਨੂੰ ਸਪੋਰਟ ਕਰ ਸਕਦਾ ਉਹਨੂੰ ਫੈਮਿਲੀ ਤੋਂ ਵੀ ਪੈਸੇ ਮਿਲ ਜਾਂਦੇ ਨੇ ਕਿਸੇ ਨਾ ਕਿਸੇ ਬਹਾਨੇ ਨਾਲ ਜਾਂ ਬਾਅਦ ਵਿਦ ਟਾਈਮ ਪੈਸੇ ਮੁੱਕ ਜਾਂਦੇ ਨੇ ਘਰੋਂ ਮਿਲਣੋਂ ਹਟ ਜਾਂਦੇ ਨੇ ਪੈਸੇ ਫਿਰ ਉਹ ਕੀ ਕਰਦੇ ਆ ਛੋਟੇ ਲੈਵਲ ਦੇ ਸਪਲਾਈਅਰਸ ਬਣ ਜਾਂਦੇ ਨੇ ਪਾਂਦੀ ਬਣ ਜਾਂਦੇ ਆ ਪਾਂਦੀ ਬਣ ਜਾਂਦੇ ਨੇ ਵੀ ਆਪ ਗਏ ਜਿੱਥੋਂ ਕਿਤੋਂ ਸਸਤਾ ਮਿਲਦਾ ਆਪਦੇ ਵਾਸਤੇ ਲਿਆਂਦਾ ਤੇ ਦੋ ਜਣਿਆਂ ਨੂੰ ਉਹ ਪਹੁੰਚਾਇਆ ਤੇ ਆਪ ਦਾ ਵੀ ਖਰਚਾ ਨਿਕਲ ਆਇਆ ਤੇ ਇਸ ਤਰ੍ਹਾਂ ਦਾ ਉਹ ਕਰਨ ਲੱਗ ਪੈਂਦੇ ਨੇ ਸੋ ਦੇਖਣ ਚ ਆਇਆ ਅਕਸਰ ਹੀ ਵੀ ਜਿਹੜੇ ਬੱਚੇ ਪਹਿਲਾਂ ਸ਼ੁਰੂ ਕਰ ਲੈਂਦੇ ਨੇ ਮੁੜ ਕੇ ਉਹ ਨਹੀਂ ਸਪੋਰਟ ਕਰ ਸਕਦੇ ਆ ਆਪਣੀ ਐਡਿਕਸ਼ਨ ਨੂੰ ਫਿਰ ਉਹ ਇਹਦਾ ਕਮਾਂਚ ਪਏ ਜਾਂਦੇ ਨੇ ਵਿਚਨ ਬਚਾਉਣ ਵਾਲੇ ਚ ਪੈ ਜਾਂਦੇ ਤੇ ਦੂਜੇ ਪਾਸਿਓਂ ਵੀ ਆਉਂਦੇ ਨੇ ਕਿ ਵੀ ਪਹਿਲਾਂ ਤੁਸੀਂ ਵਪਾਰ ਚ ਪਏ ਮੁੜ ਕੇ ਤੁਸੀਂ ਨਸ਼ੇ ਚ ਆ ਗਏ ਬਹੁਤ ਕੱਟ ਬਹੁਤ ਕੱਟ ਬਹੁਤ ਕੱਟ ਤੁਸੀਂ ਕੋਈ ਕਹਿਣ ਲੱਗੇ ਸੀ ਆ ਮੈਂ ਕਹਿਆ ਸੀ ਬਹੁਤ ਕੱਟ ਕਿਉਂਕਿ ਜਦੋਂ ਇਹ ਬੰਦੇ ਜਿਹੜੇ ਹੈਗੇ ਨੇ ਰਾਜਾ ਕੰਡੋਲੇ ਵਾਲਾ ਕੇਸ ਸੀ ਉਹ ਸਾਰੇ ਬੰਦੇ ਬੇਸਿਕਲੀ ਗਾਇਸਨ ਹੁਸ਼ਿਆਰਪੁਰ ਜੇਲ੍ਹ ਦੇ ਵਿੱਚ ਜਦੋਂ ਮੈਂ ਇਨਸਪੈਕਸ਼ਨ ਕਰਨ ਉੱਤੇ ਗਿਆ ਸੀ ਪ੍ਰिजन ਹਾਊਸ ਦਾ ਹੂੰ ਉਦੇਚ ਜੋ ਜਦੋਂ ਗੱਲ ਹੋ ਰਹੀ ਸੀ ਪਤਾ ਲੱਗਿਆ ਬੰਦੇ ਹੈਗੇ ਨੇ ਤਾਂ ਉਹਨਾਂ ਨੇ ਮੈਨੂੰ ਸਵਾਲ ਕੀਤਾ ਸੀ ਕਿ ਡਰੱਗਸ ਜਿਹੜੀ ਹੈਗੀ ਤੁਸੀਂ ਵੇਚਦੇ ਹੈਗੇ ਹੋ ਤੇ ਮੈਂ ਕਿਹਾ ਕਿ ਤੁਹਾਨੂੰ ਕਦੇ ਖਾ ਕੇ ਵੇਖੀ ਹੈਗੀ ਹੈ ਖਲਾਈਏ ਤੁਹਾਨੂੰ ਤੁਸੀਂ ਯਕੀਨ ਨਹੀਂ ਕਰੋਗੇ ਉੱਥੇ ਲੇਟ ਕੇ ਰੋਣ ਲੱਗ ਗਏ ਕਿ ਸਾਨੂੰ ਡਰੱਗਸ ਨਾ ਦਿਓ ਸਾਨੂੰ ਬਿਲਕੁਲ ਨਹੀਂ ਚਾਹੀਦੀ ਹੈਗੀ ਇਹ ਇਹ ਉਹੀ ਗੱਲ ਹੈਗੀ ਜਿਵੇਂ ਹਲਵਾਈ ਜਿਹੜਾ ਹੈਗਾ ਆਪਣੀ ਮਠਿਆਈ ਨਹੀਂ ਖਾਂਦਾ ਹੈਗਾ ਔਰ ਲੋਕਾਂ ਨੂੰ ਵੇਚਦਾ ਹੈਗਾ ਜਿਹੜੇ ਵਪਾਰੀ ਹੈਗੇ ਨੇ ਉਹ ਲੋਕਾਂ ਨੂੰ ਵੇਚ ਖਰਾਬ ਕਰਦੇ ਹੈਗੇ ਨੇ ਔਰ ਜਿਹੜੇ ਇਸ ਪਾਸੇ ਵਪਾਰ ਚ ਆਉਂਦੇ ਹੈਗੇ ਨੇ ਪੈਡਲਸ ਵਗੈਰਾ ਉਹ ਇਹੀ ਹੈਗੇ ਨੇ ਜੋ ਸਮਾਲ ਟਾਈਮ ਛੋਟੀ ਮੋਟੀ ਨਸ਼ਾ ਲੈਂਦੇ ਹੈਗੇ ਅਜ ਦੋ ਪੁੜੀਆਂ ਦਿੱਤੀਆਂ ਹੈਗੇ ਨੇ ਇੱਕ ਪੁੜੀ ਹੋਰ ਦੇਾਂਗਾ ਜੇ ਅੰਨੀ ਪੁੜੀ ਤੁਸੀਂ ਵੇਚ ਆਓ ਸੋ ਦੇ ਆਰ ਬੀ ਇਗਜ਼ੈਕਟਲੀ ਬਰਾਟ ਇਨਟੂ ਦ ਡੇਟ ਡਾਕਟਰ ਮਹਿਬੂਬ ਜਦੋਂ ਤੁਸੀਂ ਇੱਕ ਨਸ਼ਾ ਮੁਕਤੀ ਮਾਹਰ ਦੇ ਤੌਰ ਦੇ ਉੱਤੇ ਸੋਚਦੇ ਹੋ ਇਸ ਹਾਲਤ ਬਾਰੇ ਜਦੋਂ ਪੰਜਾਬ ਦੇ ਵਿੱਚ ਵੱਡੀ ਖੇਪ ਜਿਹੜੀ ਹੈਗੀ ਆ ਉਹ ਸਿੰਥੈਟਿਕ ਡਰੱਗ ਦੀ ਫੜੀ ਗਈ ਆ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਸਿਰਫ ਵਪਾਰ ਤੱਕ ਮਹਦੂਦ ਰਹਿ ਸਕਦੀ ਹੈ ਜਾਂ ਬਿਲਕੁਲ ਉਹ ਆਏਗੀ ਵਰਤੋਂ ਵਿੱਚ ਨਹੀਂ ਜੀ ਦੇਖੋ ਵਪਾਰ ਤੱਕ ਤਾਂ ਨਹੀਂ ਮ hạnੂਦ ਰਹਿ ਸਕਦੀ ਹੌਲੀ ਹੌਲੀ ਉਹ ਸਿਸਟਮ ਚ ਆ ਜਾਂਦੀਆਂ ਨੇ ਦੂਸਰੀਆਂ ਡਰੱਗਸ ਵੀ ਆਪੇ ਸਿਸਟਮ ਚ ਆ ਜਾਂਦੀਆਂ ਨੇ ਸਪਿਲਓਵਰਸ ਹੋ ਜਾਂਦੇ ਨੇ ਕੋਈ ਜੇ ਕਿਤੇ ਖੇ ਪਚਾਉਣੀ ਹੈ ਨਹੀਂ ਪਹੁੰਚੀ ਉਹ ਫਿਰ ਮਾਰਕੀਟਸ ਦੇ ਦੇ ਦੋ ਜਾ ਇਹੋ ਜੀਆਂ ਗੱਲਾਂ ਹੋ ਜਾਂਦੀਆਂ ਸੋ ਇਹ ਕਾਫੀ ਚਿੰਤਾ ਦਾ ਵਿਸ਼ਾ ਹੈ ਪਹਿਲਾਂ ਵੀ ਆਪਾਂ ਜਿਵੇਂ ਦੇਖਿਆ ਵੀ ਟਰੈਡੀਸ਼ਨਲ ਡਰੱਗਸ ਤੋਂ ਫਿਰ ਆਪਾਂ ਹੌਲੀ ਹੌਲੀ ਹੁਣ ਪ੍ਰੈਸਕ੍ਰਿਪਸ਼ਨ ਡਰੱਗਸ ਬੜੀਆਂ ਯੂਜ਼ਲੀ ਆਪਾਂ ਦੇਖਦੇ ਬੱਚੇ ਕਫ ਸਰਪਸ ਜਾਂ ਹੋਰ ਕੈਪਸੂਲਸ ਵਗੈਰਾ ਲੈਂਦੇ ਸੀ ਹੁਣ ਇਹ ਇੱਕ ਤਾਂ ਵੈਸੇ ਹੀ ਕਲਬ ਕਲਚਰ ਆਪਣੀ ਸੁਸਾਇਟੀ ਚ ਆਉਂਦਾ ਜਾਂ ਨਸ਼ੇ ਤਾਂ ਪਹਿਲਾਂ ਹੀ ਬਹੁਤ ਨੁਕਸਾਨ ਕਰ ਰਹੇ ਸੀ ਹੁਣ ਜਦੋਂ ਇਹੋ ਜਿਹੇ ਹੋਰ ਵੀ ਨੁਕਸਾਨਦਾਰ ਡਰੱਗਸ ਆ ਜਾਣਗੀਆਂ ਤਾਂ ਫਿਰ ਹੋਰ ਜ਼ਿਆਦਾ ਆਪਾਂ ਜਿਹੜਾ ਸਾਡਾ ਤਾਣਾ ਮਾਣਾ ਨਸ਼ਾ ਮੁਕਤੀ ਵਾਲਾ ਹੂੰ 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 ਮਤਲਬ ਕਿਸੇ ਵੀ ਕਾਰਨ ਜੋ ਵੀ ਨਸ਼ੇ ਚ ਲੱਗ ਗਿਆ ਤੇ ਉਹਦੀ ਨਸ਼ਾ ਮੁਕਤੀ ਹੋਣੀ ਹੈ ਉਹ ਤਾਣਾ ਵਾਣਾ ਜਿਹੜਾ ਇਹ ਨਵੀਂ ਕਿਸਮ ਦੀ ਚੁਣੌਤੀ ਸਾਡੇ ਸਾਹਮਣੇ ਆ ਰਹੀ ਹੈ ਇਹ ਇਹਨੂੰ ਚੁਣੌਤੀ ਨੂੰ ਕਬੂਲ ਕਰਨ ਲਈ ਤਿਆਰ ਹਾਂ ਉਹ ਤਾਂ ਜਿਹੜੀ ਦੇਖੋ ਐਡਿਕਸ਼ਨ ਮੈਨੇਜਮੈਂਟ ਹੈ ਜਦੋਂ ਟ੍ਰੀਟਮੈਂਟ ਕਰਨੀ ਆ ਉਹ ਤਾਂ ਯੂਜੂਲੀ ਸੇਮ ਹੀ ਰਹਿੰਦੀ ਹੈ ਇੰਡੋਰ ਟ੍ਰੀਟਮੈਂਟ ਹੈ ਕਾਉਂਸਲਿੰਗ ਹੋਣੀ ਆ ਜਿਹੜਾ ਵਿਡਰੋਅ ਸੋ ਉਹ ਤੇ ਦੀ ਆਪਾਂ ਤਿਆਰ ਆ ਪਰ ਫਿਰ ਵੀ ਤਿਆਰ ਹੋਣ ਨਾਲ ਪ੍ਰੀਵੈਂਸ਼ਨ ਇਜ਼ ਆਲਵੇਸ ਬੈਟਰ ਦੈਨ ਕ cure ਆਪਾਂ ਇਸ ਗੱਲ ਨਾਲ ਸੋਚੀ ਵੀ ਆਪਾਂ ਤਿਆਰੀ ਕਰਕੇ ਬੈਠਾਂ ਜੀ ਜੀ ਇਸੇ ਤੇ ਥੋੜਾ ਜਿਹਾ ਐਡ ਕਰਾਂਗੀ ਜਿਹੜਾ ਸਿੰਥੈਟਿਕ ਡਰਗਸ ਦਾ ਰੀਹੈਬਿਲੀਟੇਸ਼ਨ ਹੈ ਉਹ ਬਹੁਤ ਡਿਫਰੈਂਟ ਹੈ ਦੈਨ ਟ੍ਰੈਡੀਸ਼ਨਲ ਜੀ ਇਹ ਮੈਂ ਕਿਉਂ ਕਹਿ ਰਹੀ ਆ ਐਕਸਪੀਰੀਅੰਸ ਤੋਂ ਅਸੀਂ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਫਾਈਲ ਕੀਤੀ ਸੀ ਹਾਈ ਕੋਰਟ ਦੇ ਵਿੱਚ ਜਿਹੜੇ ਓਮ ਸਲਮਸ ਦੇ ਜਾਂ ਛੋਟੇ ਛੋਟੇ ਬੱਚੇ ਕਰੈਕਸ਼ਨ ਫਲੂਇਡ ਨੂੰ ਸਨੀਫ ਕਰਦੇ ਸੀ ਕਿ ਕਪੜੇ ਤੇ ਪਾ ਲਿਆ ਉਹਨੂੰ ਉਹ ਵੀ ਐਡਿਕਸ਼ਨ ਹੈ ਜੀ ਸਿੰਥੈਟਿਕ ਹੈ ਤੇ ਉਹਦਾ ਅਸੀਂ ਜੇ ਤੁਸੀਂ ਸਾਰਾ ਰਿਕਾਰਡ ਚੈੱਕ ਕਰੋ वर्ल्ड ओवर ਉਹ ਕਹਿ ਰਹੇ ਹੈ ਕਿ ਇਹਦੇ ਵਿਦਡਰੋਲ ਸਿੰਪਟਮਸ ਇੰਨੇ ਡਿਫਰੈਂਟ ਨੇ ਇੰਨੇ ਜ਼ਿਆਦਾ ਹੈ ਕਿ ਸਾਡੇ ਕੋਲ ਇੰਡੀਆ ਚ ਹੁਣ ਇਨਫੈਕਟ ਅਸੀਂ ਹਾਈ ਕੋਰਟ ਦੁਬਾਰਾ ਜਾ ਰਹੇ ਆ ਇਹ ਕਹਿਨ ਨੂੰ ਕਿ ਤੁਸੀਂ ਸਰਕਾਰਾਂ ਨੂੰ ਕਹੋ ਕਿ ਇਹਨਾਂ ਚਿਲड्रन ਨੂੰ ਰੀਹੈਬਿਲੀਟੇਟ ਤੇ ਡੀ ਐਡਿਕਟ ਕਰਨ ਵਾਸਤੇ ਕੋਈ ਸੈਪਰੇਟ ਪਾਲਿਸੀ ਬਣਾਓ ਇਹ ਨਹੀਂ ਅਸੀਂ ਕਹਿ ਸਕਦੇ ਕਿ ਇੱਕ ਡੀ ਐਡਿਕਸ਼ਨ ਸੈਂਟਰ ਹੈਗਾ ਐ ਦੈਟ ਕੈਨ ਟੇਕ ਕੇਅਰ ਆਫ एवरीथिंग ਜੋ ਪੋਪੀ ਹਰਕ ਜੋ ਓਪੀਐਮ ਜੋ ਇੱਕ ਨੋਰਮਲ ਟਰੈਡੀਸ਼ਨਲ ਨਸ਼ਾ ਸੀ ਤੇ ਜਿਹੜਾ ਸਿੰਥੈਟਿਕ ਡਰੱਗਸ ਦੇ ਜਿਹੜੇ ਵਿਧਰੋਅਲਸ ਆਣਗੇ ਜਿਹੜਾ ਇਹਨਾਂ ਨੂੰ ਹਟਾਉਣ ਦਾ ਤਰੀਕਾ ਹੋਏਗਾ ਜਿਹੜਾ ਇਹਨਾਂ ਦਾ ਇਫੈਕਟ ਬਾਡੀ ਤੇ ਹੋਏਗਾ every chemical has a different effect so ਉਹਨਾਂ ਦਾ ਬਹੁਤ ਵੱਡਾ ਫਾਇਦਾ ਜਿਹੜੀ ਮੈਂ ਡਾਕਟਰ ਮਹਿਬੂਬ ਨੂੰ ਪੁੱਛੀ ਸੀ ਉਹ ਮੈਂ ਇਹ ਪੁੱਛਣਾ ਚਾਹੁੰਦਾ ਸੀਗਾ ਕਿ ਇੱਕ ਤਾਂ ਹੈਗੀ ਕਿ ਅ ਅਸੀਂ ਡੀਡਿਕਸ਼ਨ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਇਹ ਤਾਂ ਹੈਗਾ ਇੱਕ ਸੰਭਾਵਨਾ ਦੇ ਤੌਰ ਦੇ ਉੱਤੇ ਦੂਜੀ ਗੱਲ ਹੈ ਕਿ ਸਾਡੇ ਕੋਲ ਜਿਹੜਾ ਇਨਫਰਾਸਟ੍ਰਕਚਰ ਹੈ ਜਿਹੜਾ ਪ੍ਰੈਸੈਂਟ ਇਨਫਰਾਸਟ੍ਰਕਚਰ ਵੀ ਹੈਗਾ ਉਹ ਉਹਦੇ ਨਾਪ ਦਾ ਹੈ ਜਾਂ ਨਹੀਂ ਹੈਗਾ ਉਹਦੇ ਨਾਪ ਦਾ ਹੁੰਦਾ ਤੇ ਆਪਣੇ ਕੋਲ ਹਰ ਘਰ ਦੇ ਵਿੱਚ ਇੱਕ ਡਰਗ ਐਡਿਕਟ ਹੁੰਦਾ ਹੀ ਨਾ ਅਨਫੋਰਚਨਟਲੀ ਅਸੀਂ ਗੱਲਾਂ ਇਹ ਕਰਨੀਆਂ ਡੀ ਐਡਿਕਸ਼ਨ ਦੀਆਂ ਪਿਛਲੇ ਕੁਝ ਸਾਲਾਂ ਤੋਂ ਸ਼ੁਰੂ ਕੀਤੀਆਂ ਉਹ ਵੀ ਤਾਂ ਜਦੋਂ ਅਸੀਂ ਇਹ ਰੀਅਲਾਈਜ਼ ਕੀਤਾ ਕਿ ਵਰਚੂਅਲੀ ਸਾਡਾ ਸਾਰਾ ਯੂਥ ਸਾਡੀ ਇੱਕ ਜਨਰੇਸ਼ਨ ਜਾ ਰਹੀ ਹੈ ਡਰੱਗਸ ਦੇ ਵਿੱਚ ਉਦੋਂ ਦਾ ਅਸੀਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਉਹਨੂੰ ਸੈਟ ਅਪ ਕਰਨਾ ਉਹ ਸਿਸਟਮ ਸਾਰਿਆਂ ਨੂੰ ਲਿਆਨਾ ਹਰ ਘਰ ਨੂੰ ਹਰ ਇੱਕ ਡਰੱਗ ਡਿਕ ਨੂੰ ਇਹ ਫੀਲ ਹੋਣਾ ਕਿ ਮੈਨੂੰ ਜ਼ਰੂਰਤ ਹੈ ਉਹਨੂੰ ਹੋਏ ਜਾਂ ਉਹਦੀ ਫੈਮਿਲੀ ਉਹਨੂੰ ਲੈ ਕੇ ਆਨਾ ਇਹ ਤੇ ਤਾਂ ਹਲੇ ਤੱਕ ਉਹਨੂੰ ਇੱਕ ਸਲਰ ਇੱਕ ਸਟਿਗਮਾ ਮੰਨਿਆ ਜਾਂਦਾ ਹੈ ਹਰ ਕੋਈ ਤਾਂ ਬੋਲਦਾ ਵੀ ਨਹੀਂ ਆ ਉਹਦੇ ਉਹਦੇ ਬਾਰੇ ਬਾਹਰ ਆ ਕੇ ਸੋ ਆਈ ਥਿੰਕ ਇਹ ਤਾਂ ਬੜੀ ਸਸ਼ੀਕਾਂ ਜੀ ਤੁਸੀਂ ਟਿੱਪਣੀ ਕਰ ਲਓ ਮੈਂ ਮੁੜ ਕੇ ਸਵਾਲ ਉਹਨਾਂ ਨੂੰ ਫੇਰ ਹਾਂ ਮੈਂ ਇਹਨਾਂ ਨੂੰ ਸਵਾਲ ਕਰਨਾ ਚਾਹੁੰਦਾ ਸੀ ਦੇ ਆਰ ਐਬਸੋਲਿਊਟ ਰਾਈਟ ਕਿਉਂਕਿ ਜਦੋਂ ਬੰਦਾ ਕੋਈ ਡਰੱ ਇਨ ਡੈਪਥ ਸਟਡੀ ਕੀਤੀਆਂ ਨੇ ਇਹ ਬ੍ਰੇਨ ਦੇ ਵਿੱਚ ਕੁਝ ਚੇਂजेस ਲੈ ਆਂਦਾ ਹੈਗਾ ਡਾਕਟਰ ਸਾਹਿਬ ਦੱਸਣਗੇ ਹਰ ਮੈਡੀਸਨ ਜਿਹੜੀ ਹੈਗੀ ਹੈ ਹਰ ਜਿਹੜਾ ਕਿ ਡਰਗ ਹੈਗੀ ਹੈ ਚਾਹ ਸਾਈਕੋਟ੍ਰੋਪਿਕ ਹੈਗੀ ਉਹਦਾ ਵਕਤ ਸਾਈਕੋਟ੍ਰੋਪਿਕ ਦੇ ਵਿੱਚ ਵੀ ਐਂਫੈਟਾਮਾਈਨ ਜਿਹੜਾ ਹੈਗਾ ਉਹਦਾ ਦੂਜਾ ਹੈਗਾ ਮੈਥ ਦਾ ਜਿਹੜਾ ਹੈਗਾ ਦੂਜਾ ਹੈਗਾ ਓਪੀਓਇਡ ਦਾ ਦੂਜਾ ਹੈਗਾ 스ਨਫਿੰਗ ਦਾ ਦੂਜਾ ਹੈਗਾ ਥੈਟ ਬ੍ਰਿੰਗ ਚੇਂजेस ਔਰ ਹਰ ਚੀਜ਼ ਦਾ ਹਰ ਡਰਗ ਜਿਹੜਾ ਹੈਗਾ ਉਹਦਾ ਜਿਹੜਾ ਡੀ ਅਡਿਕਸ਼ਨ ਦਾ ਪ੍ਰੋਸੈਸ ਹੈਗਾ ਥੈਟ ਇਜ਼ ਡਿਫਰੈਂਟ ਉਹਦੀ ਕਾਉਂਸਲਿੰਗ ਵੀ ਡਿਫਰੈਂਟ ਹੋਏਗੀ ਉਹਦੀ ਮੈਡੀਕੇਸ਼ਨ ਵੀ ਡਿਫਰੈਂਟ ਹੋਏਗਾ ਉਹ ਪ੍ਰੋਸੀਜਰ ਜਿਹੜਾ ਹੈਗਾ ਸਾਰਾ ਵੱਖ ਵੱਖ ਹੋਏਗਾ ਜੀ ਤੋਂ ਉਹਦੇ ਲਈ ਸਾਨੂੰ ਮਨ ਨੂੰ ਜਵਾਬ ਦਾ ਸਾਡੇ ਕੋਈ ਵੀ ਜਿਹੜੇ ਪੰਜਾਬ ਚ ਡੀ ਐਡਿਕਸ਼ਨ ਸੈਂਟਰ ਸਕੇ ਨੇ ਇਸ ਕੰਮ ਇਸ ਕੰਮ ਲਈ ਤਿਆਰ ਹੈਗੇ ਨੇ ਉਹ ਆਮ ਤੌਰ ਤੇ ਕਰਦੇ ਹੈਗੇ ਨੇ ਬਸ ਬੇਸਿਕਲੀ सिमटोमैटिक ट्रीटमेंट देंगे है और hmm. कुछ नहीं hmm. और अनफॉर्चुनेटली मैं एक होर एलीगेशन इतने लाना चाहना है जो कि सबजैक्ट होना चाहिए इनवैसिटी का कि सा आम तौर पर जो एडिक्शन सेंटर्स है चाहे रैड क्रॉस के या जो भी हो आर नॉट डी एडिक सेंटर दे आर एडिक्शन सेंटर ਉਨ੍ਹਾਂ ਦੇ ਵਿੱਚੋਂ ਵੀ ਉਪਰੇ ਨੋਫਿਨ ਹੋਇਆ ਚਾਹੇ ਮੈਥਡੋਨ ਹੋਇਆ ਚਾਹੇ ਦੂਜੀ ਮੈਡੀਸਿਨ ਤੇ ਦੇ ਬਿੰਗ ਸੋਲਡ ਇਨ ਦਾ ਓਪਨ ਮਾਰਕੀਟ ਟੂ ਦਾ ਡਰੱਗ ਅਟਿਪਸ ਜੀ ਮਹਿਬੂਬ ਸਾਹਿਬ ਤੁਸੀਂ ਉਹਨਾਂ ਦਾ ਜਵਾਬ ਦੇ ਦਿਓ ਨਾਲ ਦੀ ਨਾਲ ਹੀ ਨਹੀਂ ਮੈਂ ਇਹ ਗੱਲ ਨਹੀਂ ਮੰਨਦਾ ਜੀ ਦੇਖੋ ਕੁਝ ਵੀ ਆ ਕਿਤੇ ਵੀ ਆਪਾਂ ਇੱਕ ਜੇ ਕਿਤੇ ਐਪੀਸੋਡ ਹੋਇਆ ਉਹ ਤੋਂ ਸਾਰੇ ਪੰਜਾਬ 'ਚ ਆਪਾਂ ਜਨਰਲਾਈਜ਼ ਨਹੀਂ ਕਰ ਸਕਦੇ ਵੀ ਹਰ ਥਾਂ ਹੀ ਇਹ ਗੱਲ ਹੁੰਦੀ ਹੈ ਤੇ ਇਹ ਵੀ ਜਨਰਲਾਈਜ਼ ਨਹੀਂ ਕਰ ਸਕਦੇ ਕਿ ਹਰ ਘਰ ਦੇ ਵਿੱਚ ਕੋਈ ਨਸ਼ਾ ਕਰਦਾ ਹੈ ਹਰ ਘਰ 'ਚ ਕੋਈ ਹੋਊਗਾ ਜੀ ਮੈਂ ਇਹ ਨਹੀਂ ਦੇਖੋ ਜੀ ਨਸ਼ੇ ਦੀ ਇੱਕ ਵਾਂਸ ਇਨ ਅ ਵਾਈਲ ਵਰਤੋਂ ਤੇ ਡਰਗ ਡਿਪੈਂਡੈਂਟ ਹੋਣਾ ਉਹ ਦੋਨੇ ਡਿਫਰੈਂਟ ਗੱਲਾਂ ਨੇ ਜੇ ਆਪਾਂ ਹਰ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਜੇ ਬੱਚੇ ਨੇ ਕਿਸੇ ਨੇ ਦੇਖੋ ਜਦੋਂ ਬੱਚਾ ਇੱਕ ਟੀਨਸ ਚ ਹੁੰਦਾ ਜਾਂ ਫਿਰ ਉਹ ਸਕੂਲ ਕਾਲਜ ਜਾਂਦਾ ਐਵਰੀਬਾਡੀ ਐਸੀ ਕਰਦੇ ਆ ਤਜਰਬੇ ਲਈ ਕਰਦੇ ਨੇ ਤੇ ਉਹ ਵਨ ਟਾਈਮ ਯੂਜ਼ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਜੀ ਹਾਂ ਹਰ ਘਰ ਚ ਨਸ਼ਾ ਸੋ ਜਿਹੜਾ ਐਡਿਕਸ਼ਨ ਹੋਣੀ ਜਾਂ ਡਿਪੈਂਡੈਂਸ ਹੋਣੀ ਜਾਂ ਉਹ ਆਪਾਂ ਫਿਰ ਉਹਨਾਂ ਨੂੰ ਪੂਰਾ ਹਰ ਜੀ ਜੀ ਅ ਰੀਟਾ ਜੀ ਮੈਂ ਜਿਹੜਾ ਇੱਕ ਸਵਾਲ ਪੁੱਛਣਾ ਚਾਹੁੰਦਾ ਸੀਗਾ ਕਿ ਜਦੋਂ ਬਾਰ ਬਾਰ ਇਹ ਗੱਲ ਆ ਰਹੀ ਹੈ ਕਿ ਜਿਹੜਾ ਨਸ਼ਾ ਉਹਦੀ ਕੋਈ ਪੋਲਿਟਿਕਸ ਹੈ ਜਿਹੜਾ ਨਸ਼ਾ ਹੈ ਉਹਦੀ ਕੋਈ ਇਕਨੋਮਿਕਸ ਹੈ ਤੇ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਹੈ ਉਹ ਆਪਣੇ ਆਪ ਨੂੰ ਨਾਨ ਪੋਲਿਟিক্যাল ਕਹਿ ਕੇ ਕਿ ਸਾਡਾ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਆਪਣੇ ਆਪ ਨੂੰ ਪਰਉਪਕਾਰ ਦੇ ਘੇਰੇ ਵਿੱਚ ਰੱਖ ਕੇ ਕਾਮਯਾਬ ਹੋ ਸਕਦੀ ਹੈ ਜਾਂ ਹੁਣੇ ਪੋਲਿਟਿਕਸ ਕਲੀਅਰ ਕਰਟ ਹੋਣੀ ਤੁਹਾਡਾ ਸਵਾਲ ਬਹੁਤ ਹੀ ਅੱਛਾ ਹੈ ਆਮ ਆਸ ਕੰਪਲੀਮੈਂਟ ਯੂ ਓਨ ਦਾ ਕੁਐਸਚਨ ਬਟ ਜਿਵੇਂ ਕਿ ਉਹਨੇ ਸ਼ਸ਼िकांत ਜੀ ਨੇ ਗੱਲ ਦੱਸੀ ਗੱਲ ਕੀਤੀ ਔਨ ਦੀ ਵਰਲਡ ਸਿਨੈਰੀਓ ਕਿ ਦੁਨੀਆ ਦੇ ਵਿੱਚ ਨਸ਼ਿਆਂ ਦੇ ਵਪਾਰ ਬੜੇ ਕੰਟਰੀਜ਼ 'ਚ ਹੈ ਬਿਲਕੁਲ ਹੈ ਉੱਥੇ ਸਿਆਸਤਾਂ ਇਸ ਕਰਕੇ ਬੈਠੀਆਂ ਹੈ ਬਿਕੋਜ਼ ਦੇ ਆਰ ਸੋ ਡਿਪੈਂਡੈਂਟ ਔਨ ਡਰਗ ਮਨੀ ਪਰ ਸਾਡੀਆਂ ਉਹ ਸਿਆਸਤਾਂ ਨਾਲ ਸਾਡੇ ਮੁਲਕਾਂ ਦਾ ਆਪਸ ਦੇ ਵਿੱਚ ਬਹੁਤ ਰابطਾ ਹੈ ਅਸੀਂ ਗਲੋਬਲ ਸਾਡੇ ਕੰਟਰੀ 'ਚ ਉਹ ਨਹੀਂ ਹੈ ਇਸ਼ੂ ਸਾਡੇ ਕੰਟਰੀ ਦੇ ਵਿੱਚ ਮੈਕਸਿਮਮ ਜਿਹੜੀ ਮਨੀ ਜਿਹੜੀ ਗੱਲ ਸ਼ਸ਼ੀਕਾਂਤ ਜੀ ਕਹਿ ਰਹੇ ਨੇ ਜਿਹੜਾ ਮੈਂ ਸਵਾਲ ਪੁੱਛ ਰਿਹਾ ਸਾਨੂੰ ਅਸੀਂ ਲਖਾਛੇ ਦੇ ਘੇਰੇ ਦੇ ਵਿੱਚ ਆ ਗਏ ਆ ਅਸੀਂ ਉਸਦੇ ਕਿਰੇ ਚ ਆਏ ਆ ਪਰ ਕਿਉਂ ਆਏ ਆ ਜੇ ਅਸੀਂ ਉਹਦਾ ਸੋਲੂਸ਼ਨ ਲੱਭਣਾ ਹੈ ਵੀ ਹਵ ਟੂ ਗੋ ਟੂ ਦਾ ਪ੍ਰੋਬਲਮ ਅਸੀਂ ਕਿਉਂ ਆਏ ਆ ਸਾਡੇ ਕੰਟਰੀ ਦੇ ਵਿੱਚ ਸਾਡਾ ਕੈਬਨਟ ਮਿਨਿਸਟਰ ਆਫ ਲਾ ਸਟੇਜ ਤੇ ਇਹ ਕਹਿੰਦਾ ਹੈ ਇਨ ਆਵਰ ਕੰਟਰੀ ਇਲੈਕਸ਼ਨ ਇਜ਼ ਦ ਗੰਗੋਤਰੀ ਆਫ ਕਰਾਪਸ਼ਨ ਜੇ ਤੁਸੀਂ ਹੁਣ ਦੇਖੋ ਤੇ ਹਰ ਇੱਕ ਜਿੰਨੇ ਤੁਹਾਡੇ ਅਕਿਊਜ਼ਡ ਪੜੇ ਗਏ ਆ ਉਹਨਾਂ ਦੀ ਮਨੀ ਹੈਜ਼ ਬੀਨ ਯੂਜ਼ਡ ਇਨ ਦੀ ਕੈਂਪੇਨਿੰਗ ਆਫ ਦ ਪੋਲਿਟਿਕਲ ਲੀਡਰਸ ਸੋ ਇਹਦਾ ਮਤਲਬ ਕਿਤੇ ਨਾ ਕਿਤੇ ਜੇ ਅਸੀਂ ਆਪਣੇ ਇਲੈਕਸ਼ਨ ਪ੍ਰੋਸੈਸ ਨੂੰ ਇਲੈਕਸ਼ਨਸ ਨੂੰ ਉਹਦੇ ਵਿੱਚ ਮਨੀ ਰੈਗੂਲੇਟ ਕਰ ਲਈਏ ਤੇ ਦਾਉਦ ਬਣਨ ਦੇ ਸੁਪਨੇ ਕਿਸੇ ਲੱਖਾਂ ਦੇ ਵਿੱਚੋਂ ਕੋਈ ਇੱਕਦ ਹੋਏਗਾ ਜਿਹੜਾ ਸੋਚਦਾ ਹੋਏਗਾ ਆਦਰਵਾਇਜ਼ ਹਰ ਇੱਕ ਨੂੰ ਟੂ ਯੂਟਿਲਾਈਜ਼ ਥੈਟ ਮਨੀ ਬਿਕੋਜ਼ ਦੇ ਨੀਡ ਰਿਸੋਰਸਸ ਉਹਨਾਂ ਨੂੰ ਇੰਨਾ ਪੈਸਾ ਚਾਹੀਦਾ ਇਲੈਕਸ਼ਨ ਲੜਨ ਵਾਸਤੇ ਜੇ ਅਸੀਂ ਉਹਨੂੰ ਘਟਾ ਸਕੀਏ ਤਾਂ ਅਸੀਂ ਬਹੁਤ ਹੱਦ ਤੱਕ ਇਹ ਡਿਫਰੈਂਟ ਚੈਨਲਸ ਜਿਹੜੇ ਬਣਾਏ ਹੋਏ ਨੇ ਜਸਟ ਟੂ ਜਨਰੇਟ ਮਨੀ ਜੇ ਅਸੀਂ ਨਸ਼ਿਆਂ ਤੋਂ ਮੁਕਤ ਹੋਣਾ ਹੈ ਤੇ ਸਿਆਸਤ ਨੂੰ ਵੀ ਬੇਦਾਗ ਕਰਨ ਦਾ ਪ੍ਰਾਰਾਲਾ ਕਰਨਾ ਹੋਵੇਗਾ ਇਹ ਮੈਂ ਸਵਾਲ ਪੁੱਛਦਾ ਬਿਲਕੁਲ 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 ਇਹ ਸਾਰਾ ਕੁਝ ਹੈਂਡ ਇਨ ਹੈਂਡ ਚਲੇਗਾ ਨਾਲ ਚਲੇਗਾ ਅਸੀਂ ਇਹ ਇੱਕ ਦਰਵਾਜ਼ਾ ਬੰਦ ਕਰਕੇ ਕਿਸੇ ਨੂੰ ਏਅਰਟਾਈਟ ਕੰਪਾਰਟਮੈਂਟ ਦੇ ਵਿੱਚ ਨਹੀਂ ਸੋਚ ਦਿੱਤੇ ਕਿ ਅਸੀਂ ਡਰਗ ਡੀਲਰ ਨਾਲ ਡੀਲ ਕਰ ਰਹੇ ਹਾਂ ਤੇ ਬਾਕੀ ਸਾਰਾ ਅਸੀਂ ਭੁੱਲ ਜਾਈਏ ਸਿਰਫ ਇਹਨੂੰ ਕਰ ਲਈਏ ਉਹਨੂੰ ਕੰਟਰੋਲ ਕਰੋਗੇ ਉਹ ਫਿਰ ਵੀ ਕਿਤੇ ਨਾ ਕਿਤੇ ਨਿਕਲ ਕੇ ਆਏਗਾ ਤੁਹਾਡੀ ਇਲੈਕਸ਼ਨ ਫੰਡਿੰਗ ਕਿੱਥੋਂ ਹੋਏਗੀ ਉਹਨਾਂ ਪੈਸਾ ਕਿੱਥੋਂ ਆ ਰਿਹਾ ਕਿਤੇ ਨਾ ਕਿਤੇ एवरीवन इज ਅਵੇਅਰ ਕਿਉਂਕਿ ਤੇ ਪੈਰਲਲ ਇਕਨੋਮੀ ਚਲਤੇ ਰਹੀ ਹੈ ਅਸੀਂ ਆਪਣੀ ਅੱਖਾਂ ਬੰਦ ਕਰ you know hmm. we have to justify everything hmm. the best hon time aa gaya hypocrisy khatam kariye hmm. let's accept the fact eh hai je assi innu deal karna hai jab tak ohnu issue nu table te nahi rakhangge assi ohnu deal kar hi nahi sakde ji sashikant ji hun eh samay aa gaya jadon sanu bilkul eh gall kehni payegi ki nashayan de bare gall karna ik siyasi gall hai nashayan de bare gall karna ਸਿਆਸੀ ਬੰਦਿਆਂ ਨਾਲ ਟੋਟਲੀ ਸਿਆਸੀ ਗੱਲ ਹੈਗੀ ਹੈ ਉਹਨਾਂ ਦੇ ਦੰਦ ਜਿਹੜੇ ਹੈਗੇ ਨੇ ਵਿਖਾਣ ਦੇ ਦੂਜੇ ਹੈਗੇ ਨੇ ਖਾਣ ਦੇ ਦੂਜੇ ਹੈਗੇ ਮੈਂ ਉਹ ਤੇ ਆ ਰਿਹਾ ਹਾਂ ਮੈਨੂੰ ਇੱਕ ਵਾਰ ਆਪਣਾ ਸਵਾਲ ਮੈਂ ਦੁਹਰਾਉਣਾ ਮੈਂ ਸਵਾਲ ਇਹ ਪੁੱਛ ਰਿਹਾ ਕਿ ਜਦੋਂ ਅਸੀਂ ਇਹ ਮੰਨਦੇ ਹਾਂ ਕਿ ਨਸ਼ਿਆਂ ਦੇ ਵਪਾਰ ਦਾ ਸਿਆਸਤ ਨਾਲ ਬਿਲਕੁਲ ਸਿੱਧਾ ਸਬੰਧ ਹੈ ਤੇ ਜਦੋਂ ਅਸੀਂ ਇਹ ਕਹਨੇ ਆ ਕਿ ਸਾਡੇ ਮੁਲਕ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਨਸ਼ਾ ਨਹੀਂ ਹੋਣਾ ਚਾਹੀਦਾ ਕੀ ਇਸ ਗੱਲ ਨੂੰ ਗੈਰ ਸਿਆਸੀ ਮੰਨਿਆ ਜਾ ਸਕਦਾ ਹੈ ਜਾਂ ਇਹ ਸਿਆਸਤ ਦਾ ਏਜੰਡੇ ਦੇ ਤੌਰ ਤੇ ਆਉਣੀ ਚਾਹੀਦੀ ਹੈ ਦਿਸ ਇਜ਼ ਵਾਟ ਆਈ ਐਮ ਆਸਕ ਜਿੱਥੇ ਤੱਕ ਵਹੀ ਮੈਂ ਕਹਿ ਰਿਹਾ ਜਿੱਥੇ ਤੱਕ ਪੋਲਿਟੀਕਲ ਪਾਰਟੀਆਂ ਹੈਗੀਆਂ ਨੇ ਉਹਨਾਂ ਦੇ ਲਈ ਪੂਰਾ ਸਿਆਸੀ ਅੱਡਾ ਹੈਗਾ ਸਿਆਸੀ ਪੁਆਇੰਟ ਹੈਗਾ ਕਿ ਅਸੀਂ ਸਾਰੇ ਖਿਲਾਫ ਹੈਗੇ ਆਂ ਪੁਲਿਸ ਨੂੰ ਅਸੀਂ ਇਹ ਨਿਰਦੇਸ਼ ਦਿੱਤੇ ਉਹ ਨਿਰਦੇਸ਼ ਦਿੱਤੇ ਫਲਾਣਾ ਟਿਕਾਣਾ ਟਿੰਗਰਾ ਬਟ ਪ੍ਰੈਕਟੀਕਲ ਕੁਛ ਨਹੀਂ ਹੁੰਦਾ ਹੈਗਾ ਪ੍ਰੈਕਟੀਕਲ ਜਿਹੜੇ ਖੜੇ ਹੋਣ ਦੀ ਕੋਸ਼ਿਸ਼ ਕਰਦੇ ਹੈਗੇ ਨੇ ਇੱਕ ਨਾਨ ਪੋਲਿਟੀਕਲ ਤਰੀਕੇ ਦੇ ਨਾਲ ਉਹਨਾਂ ਦਾ ਹਮੇਸ਼ਾ ਕੋਸ਼ਿਸ਼ ਹੁੰਦੀ ਹੈਗੀ ਹੈ ਕਿ ਇਹਨਾਂ ਦੇ ਜਿੰਨੇ ਵੀ ਮਡ ਸਲਿੰਗਿੰਗ ਕਰ ਸਕਦੇ ਹੋ ਤੁਸੀਂ ਮਡ ਸਲਿੰਗਿੰਗ ਕਰੋ ਤਾਂ ਕਿ ਥੱਕ ਹਾਰ ਕਰਕੇ ਬੰਦੇ ਬੈਜਾਨ ਔਰ ਇੱਥੇ ਇੱਕ ਹੋਰ ਗੱਲ ਕਹਿਣਾ ਚਾਹਨਾ ਹੈਗਾ ਇਹ ਗੱਲ ਸਿਰਫ ਇਸ ਲੈਵਲ ਤੇ ਨਹੀਂ ਹੈਗੀ ਬਿਛੇ ਦਿਨਾਂ ਚ ਅਸੀਂ ਇਲੈਕਸ਼ਨ ਕਮਿਸ਼ਨ ਗਏ ਸੀ ਅਸੀਂ ਇਹ ਪੁਆਇੰਟ ਰੇਜ਼ ਕੀਤਾ ਸੀ ਅੱਜ ਉਥੋਂ ਇੱਕ ਜਵਾਬ ਆਇਆ ਹੈਗਾ ਮੇਰੇ ਕੋਲ ਜਿਹੜਾ ਮੈਂ ਪ੍ਰੈਸ ਨੂੰ ਜाहिर ਕਰਾਂਗਾ ਇਹਨਾਂ ਗੋਲ ਮੋਲ ਕਿ ਹਾਜੀ ਇਲੈਕਸ਼ਨ ਕਮਿਸ਼ਨ ਤੇ ਹਮੇਸ਼ਾ ਵਿਜੀਲੈਂਟ ਰਹਿੰਦਾ ਹੈ ਵਗੈਰਾ ਵਗੈਰਾ ਅਨਫੋਰਚਨਟਲੀ ਹਰ ਬੰਦੇ ਦਾ ਚਾਹ ਪੋਲਿਟੀਕਲ ਪਾਰਟੀ ਹੋ ਚਾਹ ਇਲੈਕਸ਼ਨ ਕਮਿਸ਼ਨ ਹੋ ਚਾਹ ਕੋਈ ਹੋ ਕਹਿਣ ਦੀ ਗੱਲ ਉਹਨਾਂ ਦੀ ਦੂਜੀ ਹੈਗੀਆਂ ਨੇ ਕਰਨ ਦੀ ਗੱਲ ਦੀ ਗੱਲ ਦੂਜੀ ਹੈਗੀਆਂ ਨੇ ਇਸ ਕੰਮ ਲਈ ਜਦੋਂ ਤੱਕ ਜਿਹੜੇ ਅਸਲੀ ਇਹਦੇ ਵਿੱਚ ਇਨਵੋਲ ਹੋਏਗੇ ਨੇ ਸੋਸ਼ਲ ਐਕਟੀਵਿਸਟ ਉਹ ਆਕਰ ਕੇ ਲੋਕਾਂ ਨੂੰ ਲਾਮਬੰਦ ਕਰਕੇ ਉਹਨਾਂ ਦੀ ਫੌਜ ਨਹੀਂ ਖੜੀ ਕਰਦੇ ਹੈਗੇ ਨੇ ਇੱਕ ਵਾਰ ਜੀ ਨਹੀਂ ਸ਼ੁਰੂ ਕਰਦੇ ਹੈਗੇ ਨੇ ਵਾਰ ਦਾ ਮਤਲਬ ਇਹ ਨਹੀਂ ਬੰਦੇ ਨੂੰ ਮਾਰ ਦਿਓ ਇਹ ਗੱਲ ਜਿਹੜੀ ਹੈਗੀ ਹੈ ਕਹਿਣ ਦੀ ਗੱਲ ਦੂਜੀ ਤੇ ਕਰਨ ਦੀ ਗੱਲ ਦੂਜੀ ਹੀ ਰਹੇਗੀ ਜੀ ਮਹਿਬੂਬ ਜੀ ਮੈਂ ਤੁਹਾ ਤੋਂ ਸੇਮ ਇਹੀ ਸਵਾਲ ਪੁੱਛਣਾ ਕਿ ਜਦੋਂ ਤੁਸੀਂ ਹੁਣ ਨਸ਼ਾ ਮੁਕਤੀ ਕਰੋਗੇ ਤੁਸੀਂ ਨਸ਼ਾ ਮੁਕਤੀ ਵਾਲੇ ਬੰਦਿਆਂ ਨੂੰ ਸਲਾਹ ਦੰਨੇ ਹੋ ਕਿ ਵੀ ਆਪਣਾ ਮਾਹੌਲ ਬਦਲ ਲਓ ਹਾਂਜੀ ਹਾਂਜੀ ਜਵਾਕ ਨੂੰ ਇੱਥੋਂ ਪਰੇ ਲੈ ਜਾਓ ਹੂੰ ਹੂੰ ਤੁਹਾਨੂੰ ਕਹਿੰਦੇ ਕਿੱਥੇ ਲਿਜਾਈਏ ਜੀ ਕਿੱਥੇ ਜਗ੍ਹਾ ਦੱਸੋ ਜਿੱਥੇ ਨਸ਼ਾ ਜਿੱਥੇ ਲੈ ਕੇ ਜਾਈਏ ਨਾਰਕੀ ਦਾਦ ਕੀ ਕਿੱਥੇ ਛੱਡਿਆ ਇਹਨੂੰ ਜਿੱਥੇ ਜਨਨਸ਼ਾਨੀ ਜਿਹੜਾ ਜਦੋਂ ਤੁਹਾਡੇ ਜਿਸ ਮਾਹੌਲ ਦੇ ਵਿੱਚ ਬੱਚੇ ਨਸ਼ਾ ਕਰ ਰਹੇ ਨੇ ਜਿਸ ਨਸ਼ਿਆਂ ਦੇ ਵਪਾਰ ਦੀ ਸਿਆਸੀ ਸਰਪ੍ਰਸਤੀ ਹੈ ਉਸ ਦੇ ਵਿੱਚ ਨਸ਼ਾ ਮੁਕਤੀ ਦੀ ਡਾਕਟਰੀ ਕਰਨਾ ਵੀ ਸਿਆਸਤ ਹੈ ਨਹੀਂ ਜੀ ਦੇਖੋ ਮੈਂ ਕਹਿੰਦਾ ਨਸ਼ਾ ਆਪਣੀ ਸੋਸਾਇਟੀ 'ਚ ਹੁਣ ਇਹ ਇਨਾ ਕੋ ਰਿਆ ਵੀ ਇੱਕ ਤਰ੍ਹਾਂ ਦੀ ਇੱਕ ਜਿਵੇਂ ਆਪਾਂ ਰੀਸੈਂਟਲੀ ਦਿੱਲੀ ਦੇਖਿਆ ਜਦੋਂ ਰੇਪ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਕਿੰਨੇ ਲੋਕਾਂ ਨੇ ਆਵਾਜ਼ ਉਠਾਈ ਤੇ ਉਹਦਾ ਕੁਝ ਨਾ ਕੁਝ ਕਰਨਾ ਪਿਆ ਹੁਣ ਲੋਕਾਂ ਨੂੰ ਉਹ ਕਰਨਾ ਪਊਗਾ ਜੀ ਹੁਣ ਆਪਾਂ ਹਰ ਗੱਲ ਸਰਕਾਰ ਤੇ ਨਹੀਂ ਸਿੱਟ ਸਕਦੇ ਲੋਕ ਕਿਉਂ ਨਹੀਂ ਕੁਝ ਕਰਦੇ ਸਾਡੇ ਕੋਲੇ ਜਿਹੜੇ ਪੇਸ਼ੈਂਟਸ ਆਉਂਦੇ ਨੇ ਉਹਨਾਂ ਦੇ ਮੈਂ ਤਾਂ ਤੁਹਾਨੂੰ ਇਹੀ ਸਵਾਲ ਕਰ ਰਿਹਾ ਕਿ ਜਦੋਂ ਤੁਸੀਂ ਕਿਸੇ ਬੰਦੇ ਦਾ ਨਸ਼ਾ ਮੁਕਤੀ ਕਰਦੇ ਹੋ ਤੇ ਉਹਦੇ ਨਾਲ ਇੱਕ ਸਿਆਸਤ ਵੀ ਹੈ ਕਿ ਵੀ ਜੋ ਸਿਆਸਤ ਸਾਨੂੰ ਇਸ ਥਾਂ ਤੇ ਲੈ ਕੇ ਜਾ ਰਹੀ ਹੈ ਉਹਦੇ ਤੇ ਸਵਾਲ ਕਰਨਾ ਬਣਦਾ ਉਹਦੇ ਚ ਨਹੀਂ ਉਹਦੇ ਚ ਮੈਂ ਕੀ ਗੱਲ ਕਰਦਾ ਜੀ ਉਹਦੇ ਚ ਐਜ਼ ਅ ਸੋਸ਼ਲ ਰਿਸਪੌਂਸਿਬਿਲ ਜੀ ਉਹਦੇ ਜੇ ਅਸੀਂ ਕੀ ਦੇਖਿਆ ਪੇਰੈਂਟਸ ਦਾ ਐਟੀਟਿਊਡ ਜਿੰਨਾ ਚਿਰ ਤੱਕ ਗਵਾਂਡੀਆਂ ਦਾ ਜਵਾਬ ਕਰਦਾ ਤਾਂ ਤਮਾਸ਼ਾ ਜੀ ਜਦੋਂ ਆਪ ਤੇ ਕਰਦਾ ਉਦੋਂ ਪਤਾ ਲੱਗਦਾ ਦੇ ਆ ਉਹ ਜਦੋਂ ਦੂਸਰੇ ਦਾ ਬੱਚਾ ਕਰਦਾ ਹੁੰਦਾ ਉਹ ਸਮਝਦੇ ਤਾਂ ਤਮਾਸ਼ਾ ਦੇਖੋ ਨਜ਼ਾਰਾ ਲਓ ਸਵਾਦ ਲਓ ਉਦੋਂ ਪਤਾ ਲੱਗਦਾ ਵੀ ਜਿਹੜੀ ਗਵਾਂਡੀਆਂ ਦੇ ਘਰੇ ਅੱਗ ਲੱਗੀ ਉਹ ਕੱਲ ਨੂੰ ਤੁਹਾਡੇ ਘਰੇ ਵੀ ਆਊਗੀ ਸੋ ਆਪਣੀ ਜਿਹੜੀ ਸੁਸਾਇਟੀ ਹੈ ਨਾ ਜੀ ਆਪਣੀਆਂ ਸੋਸ਼ਲ ਰਿਸਪੌਂਸਿਬਿਲਟੀਜ਼ ਭੁੱਲ ਕੇ ਮਤਲਬ ਬੀਹਾਂ ਠੀਕ ਹੈ ਮੈਂ ਠੀਕ ਹੈ ਮੇਰੇ ਬੱਚੇ ਠੀਕ ਹੈ ਮੈਂ ਲੋਕਾਂ ਤੋਂ ਕੀ ਲੈਣਾ ਉਹ ਸਿਸਟਮ ਨਹੀਂ ਹੋਣਾ ਜੇ ਤੁਸੀਂ ਜੇ ਤੁਹਾਡਾ ਆਸ-ਪਾਸਾ ਖਰਾਬ ਹੁੰ ਨੇਓ ਤੇ ਤੁਹਾਨੂੰ ਜਿਹੜੀ ਆਸ-ਪਾਸ ਦੀ ਜ਼ਿੰਦਗੀ ਆ ਉਹਦੇ ਬਾਰੇ ਵੀ ਬਿਹਤਰੀ ਦਾ ਸੁਪਨਾ ਦੇਖਣਾ ਪਏਗਾ ਤੇ ਉਹਦੇ ਇਸ ਤਰ੍ਹਾਂ ਦਾ ਵੀ ਕਰਨਾ ਪਏਗਾ ਜੀ ਇਹਦੇ ਨਾਲ ਹੀ ਆਪਾਂ ਅੱਜ ਦਾ ਜਿਹੜਾ ਪ੍ਰੋਗਰਾਮ ਖਤਮ ਕਰਦੇ ਹਾਂ ਤੁਸੀਂ ਸਾਰੇ ਅੱਜ ਦੀ ਚਰਚਾ ਸ਼ਾਮਲ ਹੋਏ ਤੁਹਾਡਾ ਬਹੁਤ-ਬਹੁਤ ਧੰਨਵਾਦ ਨਸ਼ਿਆਂ ਦੇ ਵਪਾਰ ਬਾਰੇ ਇਹ ਧਾਰਨਾ ਤਕਰੀਬਨ ਸਰਪ੍ਰਵਾਨਤ ਹੈ ਕਿ ਇਹ ਸਿਆਸੀ ਸਰਪ੍ਰਸਤੀ ਤੋਂ ਬਿਨਾਂ ਨਹੀਂ ਚੱਲ ਸਕਦਾ ਇਸ ਕਾਰੋਬਾਰ ਵਿੱਚ ਪੁਲਿਸ ਪ੍ਰਸ਼ਾਸਨ ਦੀ ਸਰਗਰਮ ਜਾਂ ਗਾਉਣ ਭਾਈਵਾਲੀ ਰਹਿੰਦੀ ਹੈ ਕੀ ਹੁਣੇ ਮੰਨ ਲੈਣ ਦਾ ਸਮਾਂ ਆ ਗਿਆ ਏ ਕਿ ਹਥਿਆਰਾਂ ਦੇ ਕਾਰੋਬਾਰ ਵਾਂਗ ਸਰਕਾਰਾਂ ਨੇ ਨਸ਼ਿਆਂ ਦੇ ਕਾਰੋਬਾਰ ਨੂੰ ਵੀ ਸਿਆਸਤ ਦਾ ਅਹਿਮ ਹਿੱਸਾ ਮੰਨ ਲਿਆ ਏ ਜੇ ਅਜਿਹਾ ਨਹੀਂ ਏ ਤਾਂ ਜਿਨ੍ਹਾਂ ਸਰਹੱਦਾਂ ਉੱਤੇ ਚਿੜੀ ਨਾ ਫਟਕਣ ਦੇਣ ਦਾ ਦਾਵਾ ਕੀਤਾ ਜਾਂਦਾ ਹੈ ਉਹਨਾਂ ਉੱਤੋਂ ਨਸ਼ਿਆਂ ਦੀਆਂ ਖੇਪਾਂ ਅਤੇ ਤਸਕਰਾਂ ਦੀਆਂ ਧਾੜਾਂ ਕਿਵੇਂ ਆਰ-ਪਾਰ ਹੁੰਦੀਆਂ ਨੇ ਨਮਸਕਾਰ ਸਤਿ ਸ਼੍ਰੀ ਅਕਾਲ ਖੁਦਾ ਹਫਿਜ਼ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕੀ ਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ऐसे दिखाएंगे youtube पे सानू फॉलो करो twitter पे खबर नाल जुड़े रहो दिन रात